ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਰੋਜ਼ਾਨਾ ਇਸ ਮੰਚ ਦੇ ਉੱਤੇ ਉਹਨਾਂ ਇਸ਼ੂਜ਼ ਨੂੰ ਲੈ ਕੇ ਆਉਂਦੇ ਹਾਂ, ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਆਵਾਜ਼ ਬਣੇ ਹੋਏ ਹਨ, ਔਰ ਜਦੋਂ ਪਬਲਿਕ ਡੋਮੇਨ ਦੇ ਉੱਤੇ ਆਉਂਦੇ ਹਨ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਦੇ ਉੱਤੇ ਵਿਚਾਰ ਕੀਤਾ ਜਾ ਸਕੇ। ਤੁਹਾਡੀ ਖਿਦਮਤ ਦੇ ਵਿੱਚ ਪਿਛਲੇ ਵੀਕ ਅਸੀਂ ਇੱਕ ਅਹਿਮ ਵਿਸ਼ਾ ਲੈ ਕੇ ਆਏ ਸੀਗੇ, ਔਰ ਉਹ ਵਿਸ਼ਾ ਤੁਸੀਂ ਕਾਫੀ ਪਸੰਦ ਵੀ ਕੀਤਾ ਸੀਗਾ, ਔਰ ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਪ੍ਰਤੀਕਰਮ ਵੀ ਮੇਰੇ ਨਾਲ ਸਾਂਝੇ ਕੀਤੇ ਸੀਗੇ। ਵਿਸ਼ਾ ਸੀਗਾ ਕਿ ਪੰਜਾਬ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਜਿਹੜੀਆਂ ਰਿਵਾਇਤੀ ਪਾਰਟੀਆਂ ਹਨ ਉਹਨਾਂ ਦਾ ਹੁਣ ਕੀ ਬਣੂ, ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਹੁਣ ਤਾਂ ਸਾਡਾ ਵਧੀਆ ਬਣ ਰਿਹਾ ਪੰਜਾਬ ਦੇ ਵਿੱਚ, ਜਿਸ ਕਰਕੇ ਰਿਵਾਇਤੀ ਪਾਰਟੀਆਂ ਨੂੰ ਫਿਕਰ ਹੋ ਗਈ। ਤਾਂ ਜਿੱਥੇ ਅਸੀਂ ਕਹਿ ਰਹੇ ਸੀਗੇ 1947 ਤੋਂ ਬਾਅਦ ਜਦ ਦੇਸ਼ ਆਜ਼ਾਦ ਹੋਇਆ, ਇੱਕ ਸਿਧਾਂਤ ਹੋਂਦ ਦੇ ਵਿੱਚ ਆਇਆ, ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਜਿੱਥੇ ਲੋਕਾਂ ਦਾ ਤੰਤਰ ਹੈ, ਲੋਕਾਂ ਦੀ ਗੱਲ ਹੁੰਦੀ ਹੈ, ਲੋਕਾਂ ਦੀ ਗੱਲ ਹੋ ਵੀ ਰਹੀ ਹੈ, ਫੋਰ ਦਾ ਪੀਪਲ, ਟੂ ਦਾ ਪੀਪਲ, ਬਾਏ ਦਾ ਪੀਪਲ, ਐਸੀ ਕਿਤਾਬਾਂ ਦੇ ਵਿੱਚ ਤਾਂ ਪੜ੍ਹਿਆ। ਲੇਕਿਨ ਅੱਜ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਹਾਂ ਜਿੱਥੇ ਸਾਡੀ ਇਸ ਗੱਲ ਨੂੰ ਗਰਾਊਂਡ ਲੈਵਲ ਦੇ ਉੱਤੇ ਮੰਨਿਆ ਵੀ ਜਾਂਦਾ, ਕਿਉਂਕਿ ਇੱਥੇ ਦਾ ਲਾਅ ਜਿਹੜਾ ਹੈ, ਇੱਥੇ ਦੇ ਜਿਹੜੇ ਸਿਧਾਂਤ ਨੇ, ਉਹ ਸਾਨੂੰ ਇਹ ਗੱਲ ਕਹਿਣ ਦੀ ਇਜਾਜ਼ਤ ਦਿੰਦੀ ਹੈ। ਫਰੀਡਮ ਆਫ ਸਪੀਚ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀ ਹੈ। ਲੇਕਿਨ ਅੱਜ ਕਈ ਸਾਰੇ ਐਸੇ ਬਿਆਨ ਭਾਰਤ ਦੇ ਵਿੱਚ ਸਾਹਮਣੇ ਆ ਰਹੇ ਹਨ ਜੋ ਕਿ ਇਹਨਾਂ ਸਾਰੀ ਗੱਲਾਂ ਨੂੰ ਖਾਰਿਜ ਕਰਦੇ ਹਨ ਕਿ ਇਹ ਲੋਕਤੰਤਰ ਹੈ ਜਾਂ ਫਿਰ ਇਹ ਕੋਈ ਹੋਰ ਤੰਤਰ ਹੈ ਜੋ ਕਿ ਲੋਕਾਂ ਨੂੰ ਮਜਬੂਰ ਕਰ ਰਿਹਾ ਅਜਿਹੀ ਗੱਲ ਬੋਲਣ ਦੇ ਲਈ, ਆਪਣੇ ਪ੍ਰਤੀਕਰਮ ਦੇਣ ਦੇ ਲਈ, ਔਰ ਆਪਣੇ ਬਿਆਨ ਰੱਖਣ ਦੇ ਲਈ। ਅਸੀਂ ਕਹਿੰਦੇ ਹਾਂ ਕਿ ਬੀਜੇਪੀ ਅੱਜ ਸਭ ਤੋਂ ਵੱਡੀ ਪਾਰਟੀ ਭਾਰਤ ਦੇ ਵਿੱਚ ਸਾਹਮਣੇ ਆਈ ਹੈ, ਜਿੱਥੇ ਉਹ ਹਰ ਸੂਬੇ ਦੇ ਵਿੱਚ ਆਪਣੇ ਝੰਡੇ ਗਾੜ ਰਹੀ ਹੈ। ਲੇਕਿਨ ਇਹਨਾਂ ਸਾਰੀ ਗੱਲਾਂ ਤੋਂ ਇਲਾਵਾ ਜਿਹੜੀ ਪੋਲੀਟੀਕਲ ਸਟਰੈਂਥ ਬੀਜੇਪੀ ਨੂੰ ਮਿਲੀ ਹੈ, ਉਹ ਅਸੀਂ ਜਾਣਦੇ ਹਾਂ ਕਿ ਉਹ ਸਟਰੈਂਥ RSS ਵੱਲੋਂ ਮਿਲੀ ਗਈ ਹੈ। 1925 ਦੇ ਵਿੱਚ RSS ਹੋਂਦ ਦੇ ਵਿੱਚ ਆਉਂਦੀ ਹੈ, ਹਿੰਦੂ ਰਾਸ਼ਟਰ ਦਾ ਏਜੰਡਾ ਜਿਹੜਾ ਮੀਡੀਆ ਦੇ ਵਿੱਚ ਲਗਭਗ ਕਿੰਨੀ ਵਾਰ ਸਾਹਮਣੇ ਉਜਾਗਰ ਹੋਇਆ, ਵੱਖ ਵੱਖ ਸਿਆਸੀ ਪੰਡਿਤਾਂ ਨੇ ਇਹਦੇ ਉੱਤੇ ਆਪਣੇ ਬਿਆਨ ਦਿੱਤੇ। ਆਖਿਰਕਾਰ RSS ਅਸੀਂ ਸੁਣਦੇ ਤਾਂ ਹਾਂ, ਰਾਸ਼ਟਰੀ ਸਵੰਮ ਸੇਵਕ ਸੰਘ, ਜਿਹਦੇ ਹੁਣ ਸਭ ਤੋਂ ਵੱਡੇ ਸੰਚਾਲਕ ਜਿਹਨੂੰ ਅਸੀਂ ਕਹੀਏ ਮੋਹਨ ਭਾਗਵਤ, ਜੋ ਕਿ ਹਾਲ ਫਿਲਹਾਲ ਦੇ ਵਿੱਚ ਹੋਂਦ ਦੇ ਵਿੱਚ ਹਨ, ਉਹ ਕਹਿੰਦੇ ਹਨ ਕਿ ਅਸੀਂ ਹਿੰਦੂ ਹਾਂ, ਹਿੰਦੀ ਬੋਲਾਂਗੇ ਔਰ ਹਿੰਦੁਸਤਾਨ ਦੀ ਗੱਲ ਕਰਾਂਗੇ, ਔਰ ਜਿਹੜਾ ਹਿੰਦੁਸਤਾਨ ਹੈ ਉਹ ਹਿੰਦੂਆਂ ਦਾ ਮੁਲਕ ਹੈ। ਤਾਂ ਇਹ ਬਿਆਨ ਜਦ ਮੀਡੀਆ ਦੇ ਵਿੱਚ ਆਏ ਤਾਂ ਵਿਰੋਧੀ ਧਿਰਾਂ ਨੇ ਇਸ ਬਿਆਨ ਦੇ ਉੱਤੇ ਆਪਣੇ ਪ੍ਰਤੀਕਰਮ ਵੀ ਦਿੱਤੇ। ਇਤਰਾਜ਼ ਦੀ ਹੈ ਕਿ RSS ਅਸੀਂ ਸੁਣਦੇ ਤਾਂ ਹਾਂ, ਲੇਕਿਨ RSS ਸਿੱਖਾਂ ਦੇ ਨਾਲ ਕਿੱਥੇ ਖੜੀ ਹੈ, ਸਿੱਖਾਂ ਦੇ ਲਈ ਉਹਨਾਂ ਦਾ ਕੀ ਸਟੈਂਡ ਹੈ? ਜੇਕਰ ਉਹ ਵਾਕਈ ਹੀ ਵਚਨਬੰਦ ਹਨ ਤਾਂ ਕੀ RSS ਔਰ ਉਹਨਾਂ ਦੇ ਸੰਚਾਲਕ ਜਾਂ ਫਿਰ ਉਹਨਾਂ ਦੇ ਪਰਿਵਾਰ ਤੋਂ ਆਏ ਹੋਏ ਲੋਕ ਵਾਕਈ ਹੀ ਸਾਨੂੰ ਡਿਫਰੈਂਟ ਰਿਲੀਜਨ ਮੰਨਦੇ ਹਨ? ਕਿ ਸਾਡੀ ਆਪਣੀ ਪ੍ਰੈਕਟਿਸ ਹੈ, ਸਾਡੇ ਆਪਣੇ ਸਿਧਾਂਤ ਹਨ? ਅਸੀਂ ਕਈ ਵਾਰ ਬਿਆਨ ਤਾਂ ਸੁਣੇ ਹਨ ਕਿ ਜੇਕਰ ਸਿੱਖ ਨਾ ਹੋਤੇ ਤੋ ਇਹ ਭਾਰਤ ਦੇਸ਼ ਨਾ ਹੋਤਾ, ਸਿੱਖ ਨਾ ਹੋਤੇ ਤੋ ਆਜ ਹਮ ਜ਼ਿੰਦਾ ਨਾ ਹੋਤੇ। ਆਹ ਬਿਆਨ ਜਿਹੜੇ ਨੇ ਅਸੀਂ ਲਗਭਗ ਕਿੰਨੀ ਵਾਰ ਸੰਘ ਪ੍ਰਚਾਰਕਾਂ ਤੋਂ ਸੁਣ ਚੁੱਕੇ ਹਾਂ। ਜਦ ਅਜਿਹਾ ਬਿਆਨ ਸਾਹਮਣੇ ਆਉਂਦਾ ਹੈ ਜਿੱਥੇ ਸਿਰਫ ਹਿੰਦੂ, ਹਿੰਦੀ ਅਤੇ ਹਿੰਦੁਸਤਾਨ ਦੀ ਗੱਲ ਹੁੰਦੀ ਹੈ, ਤਾਂ ਕੀ ਇਹ ਬਿਆਨ ਵਾਕਈ ਹੀ ਠੇਸ ਪਹੁੰਚਾਉਂਦਾ ਭਾਰਤ ਦੇ ਵਿੱਚ ਵਸਦੀ ਘੱਟ ਗਿਣਤੀਆਂ ਨੂੰ ਔਰ ਸਾਨੂੰ? ਕਿਉਂਕਿ ਸਿੱਖ ਹੋਣ ਦੇ ਨਾਤੇ ਇਹ ਸਾਡਾ ਵੀ ਸਵਾਲ ਬਣਦਾ ਕਿ ਤੁਸੀਂ ਸਾਡਾ ਇਤਿਹਾਸ ਮਿਟਾਉਣਾ ਚਾਹੁੰਦੇ ਹੋ ਜਾਂ ਫਿਰ ਸਾਡੇ ਇਤਿਹਾਸ ਨੂੰ ਤੁਸੀਂ ਲੋਕਾਂ ਦੇ ਵੱਲ ਪਹੁੰਚਾਉਣਾ ਚਾਹੁੰਦੇ ਹੋ? ਇਹ ਦੋਵੇਂ ਗੱਲਾਂ ਅੱਜ ਇਸ ਮੰਚ ਦੇ ਉੱਤੇ ਅਸੀਂ ਜ਼ਰੂਰ ਕਰਾਂਗੇ, ਔਰ ਮੈਂ ਇੱਕ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਇਆ। ਇਸ ਰਿਪੋਰਟ ਦੇ ਵਿੱਚ ਖੁਦ ਆਪ RSS ਦੇ ਮੁਖੀ ਮੋਹਨ ਭਾਗਵਤ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਔਰ ਉਸ ਤੋਂ ਬਾਅਦ ਜਦ ਇਹ ਬਿਆਨ ਸਾਹਮਣੇ ਆਇਆ
ਤਾਂ ਓਵੈਸੀ AMMI ਦੇ ਜਿਹੜੇ ਮੁਖੀ ਹਨ, ਉਹ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੀ ਮਾਇਆਵਤੀ, ਉਹਦਾ ਵੀ ਬਿਆਨ ਸਾਹਮਣੇ ਆਇਆ ਕਿ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਸਗੋਂ ਮਾਇਆਵਤੀ ਤਾਂ ਇਹ ਕਹਿ ਗਈ ਕਿ ਮੈਂ ਤਾਂ ਆਪਣਾ ਧਰਮ ਹੀ ਬਦਲ ਰਹੀ ਹਾਂ, ਮੈਂ ਹਿੰਦੂ ਰਹਿਣਾ ਹੀ ਨਹੀਂ ਚਾਹੁੰਦੀ। ਤਾਂ ਇਹ ਵੱਡੇ ਬਿਆਨ ਹੁਣ ਵੱਡੇ ਲੀਡਰਾਂ ਵੱਲੋਂ ਵੀ ਖੁੱਲ੍ਹ ਕੇ ਸਟੇਜ ਦੇ ਉੱਤੇ ਲੋਕਾਂ ਦੇ ਸਾਹਮਣੇ ਆ ਰਹੇ ਹਨ। ਇਹ ਰਿਪੋਰਟ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਇਸ ਰਿਪੋਰਟ ਤੋਂ ਬਾਅਦ ਅਸੀਂ ਕਰਾਂਗੇ ਹੋਰ ਟਿੱਪਣੀ। ਸਪਸ਼ਟ ਸੁਵਿਚਾਰਿਤ ਧਾਰਣਾ ਹੈ, ਹਿੰਦੁਸਤਾਨ ਹਿੰਦੂ ਰਾਸ਼ਟਰ ਹੈ। RSS ਮੁਖੀ ਮੋਹਨ ਭਾਗਵਤ ਦੇ ਵੱਲੋਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਦੱਸਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ। ਹੁਣ AIMIM ਦੇ ਮੁਖੀ ਓਵੈਸੀ ਦੇ ਵੱਲੋਂ RSS ਤੇ ਨਿਸ਼ਾਨਾ ਸਾਧਿਆਂ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਭਾਰਤ ਕਿਸੇ ਇੱਕ ਧਰਮ ਨੂੰ ਨਹੀਂ ਮੰਨਦਾ ਅਤੇ ਇੱਥੇ ਹਰ ਧਰਮ ਨੂੰ ਮਾਨਤਾ ਹੈ। ਓਵੈਸੀ ਨੇ ਭਾਗਵਤ ਤੇ ਨਿਸ਼ਾਨਾ ਸਾਧਿਆਂ ਇਲਜ਼ਾਮ ਲਗਾਏ ਨੇ ਕਿ ਇਹ ਲੋਕ ਭਾਰਤ ਨੂੰ ਇੱਕ ਰੰਗ ਦੇ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਨਾਲ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਤਾਂ ਹਿੰਦੂ ਧਰਮ ਛੱਡਣ ਦੀ ਚੇਤਾਵਨੀ ਦੇ ਦਿੱਤੀ ਹੈ ਅਤੇ ਬੁੱਧ ਧਰਮ ਅਪਣਾਉਣ ਦਾ ਐਲਾਨ ਕਰ ਦਿੱਤਾ। ਮਜ਼ਹਬ ਕਾ ਤਸੱਲੁਤ ਨਹੀਂ ਰਹੇਗਾ, ਭਾਰਤ ਮੇਂ ਤਮਾਮ ਮਜ਼ਾਹਿਬ ਕੋ ਮਾਨਨੇ ਵਾਲੇ ਰਹਿਤੇ ਹੈ। ਭਾਰਤ ਏਕ ਮਜ਼ਹਬ ਕੋ ਨਹੀਂ ਮਾਨਤਾ, ਭਾਰਤ ਕਾ ਕੋਈ ਮਜ਼ਹਬ ਨਹੀਂ ਹੈ, ਭਾਰਤ ਸਭ ਮਜ਼ਹਬ ਕੋ ਮਾਨਤਾ ਹੈ। ਭਾਰਤ ਜੋ ਮਜ਼ਹਬ ਕੋ ਨਹੀਂ ਮਾਨਤੇ ਉਨਕੋ ਵੀ ਮਾਨਤਾ ਹੈ। ਭਾਰਤ ਹਿੰਦੂ ਰਾਸ਼ਟਰ ਨਹੀਂ ਹੈ, ਨਾ ਬਣੇਗਾ ਇਨਸ਼ਾ ਅੱਲਾਹ ਤਾਲਾ, ਨਾ ਹਮ ਭਾਰਤ ਕੋ ਹਿੰਦੂ ਰਾਸ਼ਟਰ ਬਣਨੇ ਦੇਂਗੇ। ਯੇ ਭਾਰਤ ਇਸ ਲਈ ਭਾਰਤ ਹੈ ਕਿਉਂਕਿ ਯੇ ਸੈਕੁਲਰਿਜ਼ਮ ਪਲੂਰਲਿਜ਼ਮ ਗੰਗਾ ਜਮਨੀ ਤਹਿਜ਼ੀਬ ਔਰ ਪੂਰੀ ਦੁਨੀਆ ਮੇਂ ਐਸਾ ਮੁਲਕ ਨਹੀਂ ਹੈ ਜੋ ਹਮਾਰੇ ਵਤਨ ਅਜ਼ੀਜ਼ ਜਿਸਕੋ ਹਮ ਭਾਰਤ ਔਰ ਇੰਡੀਆ ਕਹਿਤੇ ਹੈ। ਬਾਬਾ ਸਾਹਿਬ ਕੇ ਧਰਮ ਪਰਿਵਰਤਨ ਕੇ ਰਾਸਤੇ ਪਰ ਚਲ ਕਰ ਕਬ ਬੌਧ ਧਰਮ ਕੀ ਦਿਸ਼ਾ ਲੇਗੀ, ਯੇ ਆਪ ਲੋਗ ਸੋਚਤੇ ਹੋਂਗੇ। ਤੋ ਇਸ ਮਾਮਲੇ ਮੇਂ ਮੇਰਾ ਆਪਣੇ ਲੋਗੋ ਕੋ ਜਵਾਬ ਯਹੀ ਹੈ ਕਿ ਮੈਂ ਬੌਧ ਧਰਮ ਕੀ ਦਿਕਸ਼ਾ ਜ਼ਰੂਰ ਲੂੰਗੀ, ਕਿੰਤੂ ਸਹੀ ਵੈ ਉਚਿਤ ਸਮੇਂ। ਕੱਲ੍ਹ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ ਸੰਘ ਮੁਖੀ ਦੇ ਬਿਆਨ ਨੂੰ ਗਲਤ ਕਰਾਰ ਦਿੰਦਿਆਂ ਭਾਗਵਤ ਤੇ ਦੇਸ਼ ਨੂੰ ਤੋੜਨ ਦੇ ਇਲਜ਼ਾਮ ਲਗਾ ਦਿੱਤੇ ਨੇ। ਦੇਸ਼ ਨੂੰ ਤੋੜਨ ਵਾਲੀ ਗੱਲ ਕੀਤੀ ਹੈ ਕਿ ਹਿੰਦੂ ਰਾਸ਼ਟਰ ਹੋਣਾ ਚਾਹੀਦਾ, ਇਸ ਤਰ੍ਹਾਂ ਦੀ ਗੱਲ ਜਿਹੜੀ ਕਰਨੀ ਉਹ ਵਾਜਬ ਨਹੀਂ ਹੈ। ਜਦੋਂ ਦੇਸ਼ ਦੇ ਵਿੱਚ ਬਹੁ ਧਰਮਾਂ ਦੇ ਲੋਕ ਵੱਸਦੇ ਹੋਣ, ਬਹੁ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੋਣ, ਬਹੁਤ ਸਾਰੇ ਸੱਭਿਆਚਾਰ ਹੋਣ, ਅਤੇ ਇੱਥੇ ਇੱਕ ਧਰਮ ਜਾਂ ਇੱਕ ਸੰਸਕ੍ਰਿਤੀ ਦੀ ਗੱਲ ਕਰਨੀ ਠੀਕ ਨਹੀਂ। ਕਾ ਨਹੀਂ ਜਦੋਂ RSS ਮੁਖੀ ਮੋਹਨ ਭਾਗਵਤ ਦੇ ਵੱਲੋਂ ਹਿੰਦੂ ਰਾਸ਼ਟਰ ਵਾਲਾ ਬਿਆਨ ਦਿੱਤਾ ਗਿਆ ਹੋਵੇ ਅਤੇ ਹਰ ਵਾਰ ਉਹਨਾਂ ਨੂੰ ਵੱਖ ਵੱਖ ਸਿਆਸੀ ਅਤੇ ਧਾਰਮਿਕ ਆਗੂਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ, ਵਿਰੋਧ ਦੇ ਬਾਵਜੂਦ ਭਾਗਵਤ ਦੇ ਵੱਲੋਂ ਦਿੱਤੇ ਜਾਣ ਵਾਲੇ ਅਜਿਹੇ ਬਿਆਨ ਕਿਤੇ ਨਾ ਕਿਤੇ ਦੇਸ਼ ਦੀ ਵੰਨ ਸੁਵੰਨਤਾ ਅਤੇ ਸੰਸਕ੍ਰਿਤੀ ਅਤੇ ਵੱਖ ਵੱਖ ਧਰਮਾਂ ਦੇ ਵਿਚਾਲੇ ਬਣੀ ਹੋਈ ਆਪਸੀ ਸਾਂਝ ਨੂੰ ਠੇਸ ਪਹੁੰਚਾ ਰਹੇ ਨੇ। ਨਿਊਜ਼ ਡੈਸਕ ਰਿਪੋਰਟ, ਜਸ ਪੰਜਾਬੀ। ਅਤੇ ਆਖਿਰਕਾਰ ਆਈਡੀਓਲੋਜੀ ਹੈ ਕੀ RSS ਦੀ? ਹੁਣ ਜਦ ਮੈਂ ਉਹਨੂੰ ਆਪਣੀ ਕੌਮ ਦੇ ਨਾਲ ਜੋੜ ਕੇ ਵੇਖਦਾ ਤਾਂ ਜਿਵੇਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਕਿ ਇਹ ਗੱਲ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀਗੀ, ਇਹ ਰਾਸ਼ ਨੂੰ ਤੋੜਨ ਵਾਲੀ ਗੱਲ ਹੈ। ਪਰ ਜਦ ਮੈਂ ਸਿੱਖ ਮਸਲਿਆਂ ਦੇ ਉੱਤੇ ਆਉਂਦਾ ਤਾਂ ਹਮੇਸ਼ਾ RSS ਜਾਂ ਫਿਰ RSS ਦੇ ਨਾਲ ਸੰਬੰਧ ਰੱਖਦੇ ਜਾਂ ਫਿਰ ਕਈ ਵਾਰ ਜਿਹੜੇ ਉਸ ਆਈਡੀਓਲੋਜੀ ਨੂੰ ਮੰਨਦੇ ਹਨ ਉਹ ਇਹ ਤੱਕ ਵੀ ਕਹਿ ਜਾਂਦੇ ਹਨ ਕਿ ਸਿੱਖ ਤਾਂ ਸਾਡੇ ਭਰਾ ਹਨ, ਆਖਿਰਕਾਰ ਇਹ ਹਿੰਦੂ ਹੀ ਹਨ, ਲੇਕਿਨ ਇਹ ਪਾਰਟ ਬੀ ਨੇ, ਅਸੀਂ ਪਾਰਟ ਏ ਹਾਂ। ਕੀ ਇਹ ਵਾਕਈ ਹੀ ਜ਼ਮੀਨੀ ਪੱਧਰ 'ਤੇ ਉਹਨਾਂ ਵੱਲੋਂ ਕਿਹਾ ਜਾਂਦਾ? ਅੱਜ ਮੈਂ RSS ਦੇ ਜਿਹੜੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਲੰਟੀਅਰ ਹਨ, ਮੈਂਬਰ ਹਨ ਹਿੰਦੂ ਰਾਸ਼ਟਰ ਸੇਵਕ ਸੰਘ ਤੋਂ, ਉਹਨਾਂ ਨੂੰ ਮੈਂ ਅੱਜ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ ਔਰ ਜ਼ਰੂਰ ਇਹਨਾਂ ਤੋਂ ਇਹ ਸਵਾਲ ਪੁੱਛੇ ਜਾਣਗੇ ਔਰ ਜ਼ਰੂਰ ਇਸ ਬਿਆਨ ਦੇ ਉੱਤੇ ਵੀ ਉਹਨਾਂ ਤੋਂ ਟਿੱਪਣੀ ਲਿੱਤੀ ਜਾਵੇਗੀ। ਅਤੇ ਨਾਲ ਦੂਜੇ ਪਾਸੇ ਮੇਰੇ ਨਾਲ ਸਿੱਖ ਐਕਟਿਵਿਸਟ ਹੋਣਗੇ ਜੋ ਕਿ ਆਪਣੇ ਵਿਚਾਰ ਰੱਖਣਗੇ ਔਰ ਉਹ ਕਿਸ ਤਰੀਕੇ ਨਾਲ ਸੋਚਦੇ ਹਨ ਔਰ ਕਈ ਸਾਰੇ ਸਵਾਲ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਹੋਣਗੇ। ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਣਗੇ ਤਾਂ ਤੁਸੀਂ ਵੀ ਮੈਨੂੰ ਕਾਲ ਕਰਕੇ ਆਪਣੀ ਗੱਲ ਰੱਖ ਸਕਦੇ ਹੋ। ਇਸ ਗੱਲ ਦੇ ਉੱਤੇ ਅਸੀਂ ਕਰਾਂਗੇ ਵਿਚਾਰ, ਇਹੀ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੇਰੇ ਨਾਲ ਹੁਣ ਮੌਜੂਦ ਹਨ ਸਕਾਈਪ ਦੇ ਦੁਆਰਾ, ਅਸੀਂ ਗੱਲ ਕਰਾਂਗੇ ਡੀ ਖਾਰਲੇਕਰ ਜੋ ਕਿ ਹਿੰਦੂ ਸਵੰਮ ਸੇਵਕ ਸੰਘ
यूनाइटेड स्टेट्स ऑफ अमेरिका के एग्जीक्यूटिव मैंबर हैं और काफ़ी लंबा समा इन्हों का संघ दे विच रहा संघ के जानकार भी हैं और पेशे तो आई टी प्रोफेसनल हैं उन्हों का असी जी आई एन करते हैं। डी कारलेकर जी थोड़ा स्वागत है इस मंच के उत्ते। सत श्री अकाल जी। कारलेकर जी आई वुड लाइक टू नो योर ओपनिंग कमेंट, यू नो द कमेंट मेड बाय योर वन ऑफ योर लीडर, आई कैन से योर प्रेजिडेंट ऑफ संघ मोहन भागवत, दैट इंडिया इज जस्ट ओनली फॉर हिंदू। किस तरीके से ले रहे हैं आप इस कमेंट को? पहले सत श्री अकाल। देखिए मोहन भागवत जी जो संघ के सरसंघ चालक है इन लिबरल टर्म्स इट मींस ही इज आवर ग्लोबल प्रेसिडेंट जी। हमारा नारा तो यही है वसुधैव कुटुंबकम, यानी ये पूरी कायनात ये पूरी दुनिया एक फैमिली की तरह है। जो सनातन धर्म जो हम कहते हैं 10 साल से पुराना ये सनातन धर्म है। आप दुनिया की जितने भी बड़े आप रिलीजन कह ले, हिंदुइज्म, इस्लाम, क्रिश्चियनिटी, सिखिज्म, जैनिज्म, बुद्धिज्म, जूडिज्म, पर्शियन और बहुत सारे, ये सारे बड़े अच्छे से पनप रहे भारत में। तो मेरे हिसाब से हर एक का परसेप्शन होता है, आप किस तरह से आपने उसको परसीव किया होगा उस स्टेटमेंट को। इंडस नदी यानी जो हमारी सिविलाइजेशन है इवोल्यूशन है हड़प्पा से जो शुरू हुई थी जी। तो जो भी है इंडस के जो नदी के बैंक्स पे जो हम रहे हैं उन सबको हम हिंद या फिर उसका अपभ्रंश होके हिंदू जैसे कहने लगे लोग। तो मजहब तो यही सिखाता है कि आपस में प्यार रखना, बढ़ाना और रखना। तो मेरे हिसाब से मोहन भागवत जी व्हाट ही मेंट इज वसुधैव कुटुंबकम, हम सारे एक यू नो इस विशाल दुनिया में एक फैमिली की तरह है। और यू नो यूनिटी इन डिवर्सिटी, हर एक का अपनी अपनी विचारधारा है, हर एक का अपना अपना धर्म है और सारों को एक साथ रह के मिलजुल के रहना है। ठीक है जी जी। मेरे नाल दूजी लाइन ते हरजप सिंह जपी मौजूद हैं। जपी जी जो कि सिख एक्टिविस्ट हैं कैलिफोर्निया तो साढ़े नाल जुड़े हैं फोन लाइन के जरिए। जपी जी डी कारलेकर साहब कह रहे हैं कि वो सारे नू कट्ठा लैके चलना चाहते हैं और हिंदू मुस्लिम सिख ईसाई वो सारे की गल करते हैं, तो मोहन भागवत जी का कोई टीचा नहीं हैगा वखरा मुल्क बनाउण दी या फिर जिहड़ी गल उन्होंने कही है, तुहाडा की स्टैंड है इस दे उत्ते? हमेशा ही स्टेजा आम तौर सुन सकते हो जिन्होंने बड़िया भड़काऊ गल्लां कहियां जांदियां कि सारिआं नूं हिंदू बना दिता जाएगा। इसे तरह हुण मोहन भागवत ने पहली बार नहीं बहुत बारी कहा हिंदू मुसलमानां नूं जां सिखां नूं जां होरां नूं इह किवें नाल लिजाण दी गल करदे आ जद उसे मुल्क दे विच संघ बीजेपी दे गुंडियां दे वल्लों शरेआम लगातार मुसलमानां नूं अंसारी अरगियां नूं बन के उहनां नूं मार दित्ता जांदा, उहनां नूं जींदे जला दित्ता जांदा। संघ ओह संघ बीजेपी दे इहनां ही इहनां दे जिहड़े हैगियां आ कारकुन आ इहनां दे, जेकर इक बच्ची दा एक हिंदू मंदिर दे विच आसपा दा बलात्कार कर दिंदा आ ਤੇ ਸੰਘ ਦੇ ਜਿਹੜੇ ਵਰਕਰ ਨੇ ਉਹ ਉਸ ਬਲਾਤਕਾਰੀ ਦੇ ਹੱਕ ਦੇ ਵਿੱਚ ਮੁਲਕ ਦੇ ਵਿੱਚ ਰੈਲੀਆਂ ਕੱਢਦੇ ਆ। ਰਾਜਸਥਾਨ ਦੇ ਵਿੱਚ ਇਹਨਾਂ ਸੰਘੀਆਂ ਦੇ ਵੱਲੋਂ ਬੀਜੇਪੀ ਆਰਐਸਐਸ ਦੇ ਗੁੰਡਿਆਂ ਵੱਲੋਂ ਸ਼ਰੇਆਮ ਲਿਆ ਕੇ ਇੱਕ ਬਜ਼ੁਰਗ ਮੁਸਲਮਾਨ ਨੂੰ ਧੋਖੇ ਦੇ ਨਾਲ ਪਿੱਠ ਪਿੱਛੇ ਵਾਰ ਕਰਕੇ ਉਹਨੂੰ ਜਿੰਦਾ ਜਲਾ ਦਿੱਤਾ ਜਾਂਦਾ ਆ। ਲਗਾਤਾਰ ਜਿਹੜੀ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ, ਮੁਲਕ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ, ਜਿੱਥੇ ਸਭ ਨੂੰ ਹਿੰਦੂ ਕਹਿਣ ਦੇ ਉੱਤੇ ਹੀ ਜਿਹੜਾ ਆ ਉਹ ਦੇਸ਼ ਭਗਤੀ ਦਾ ਨਾਮ ਦਿੱਤਾ ਜਾ ਰਿਹਾ ਕਿ ਜੇਕਰ ਤੁਸੀਂ ਹਿੰਦੂ ਹੋ ਤਾਂ ਤੁਸੀਂ ਦੇਸ਼ ਭਗਤ ਹੋ। ਇਹ ਗੱਲ ਕਲੀਅਰ ਆ, ਇਸ ਗੱਲ ਇਹਨਾਂ ਦੀ ਇੱਕ ਗੱਲ ਸੱਚੀ ਆ ਵੀ ਇਹ ਕਦੀ ਵੀ ਬਣਾ ਨਹੀਂ ਸਕਣਗੇ ਹਿੰਦੂ ਹਿੰਦੂ ਮੁਲਕ, ਤੇ ਕਦੀ ਵੀ ਜਿਹੜਾ ਆ ਉਹਨੂੰ ਨਹੀਂ ਬਣਾ ਸਕਣਗੇ ਕਿਉਂਕਿ ਇਹਨਾਂ ਦੀ ਆਈਡੀਓਲੋਜੀ ਹੀ ਇਹਨਾਂ ਨੂੰ ਇਹਨਾਂ ਦੇ ਖਾਤਮੇ ਵੱਲ ਨੂੰ ਲੈ ਕੇ ਜਾ ਰਹੀ ਆ ਜੀ। ਕਾਰਲੇਕਰ ਜੀ ਤੁਸੀਂ ਗੱਲ ਨੂੰ ਸੁਣਿਆ, ਕੀ ਕੁਝ ਪ੍ਰਤੀਕਰਮ ਦੇਣਾ ਚਾਹੋਗੇ? मैं तो यही कहना चाहूंगा, देखिएगा
एक बिलियन की आबादी है हिंदुओं की, हिंदू सिख बुद्धिज्म सारों को मिला के 1.2 बिलियन आबादी है। जो गलत है वो गलत है, ठीक है। तो मैं तो यही कहना चाहूंगा, अगर अगर आप देखिएगा हिंदू धर्म या फिर भारतीय के जो मूल के लोग हैं, इन्होंने हमेशा अहिंसा को प्रमोट किया है, इन्होंने हमेशा लोगों को यही नारा दिया है कि वसुधैव कुटुंबकम, आओ हम सब साथ में मिलके रहे। ये छोटी मोटी वारदातें पूरे दुनिया में हो रही है, गन वायलेंस अमेरिका में भी है, आप पूरा मिडिल ईस्ट देख ले तो हर रोज वहां पे हजारों लोग मर रहे हैं, एक दूसरे को मार, एक ही मजहब के लोग एक दूसरे को मार रहे हैं। तो ये गलत है, और इसके लिए एक एक शांति, एक अमन का पैगाम 10,000 साल से हम सनातन धर्म, जिसको मैं सनातन धर्म करूंगा, हम जो मूल के जो रूप है, आप अगर डीएनए देख ले, हम सबका एक ही है। यू नो, खालसा अगर आप कहे या फिर सिख को कहे, तो सिख तो हमारी आन बान और शान है। अगर आप देखिएगा आरएसएस के हेडक्वार्टर में जाके नागपुर में, तो गुरु गोविंद सिंह की तस्वीर लगी है। हिंदू धर्म के संरक्षक कहते हैं मोहन भागवत जी उनको, और तो इतना इतना सब, यू नो, वी आर प्राइड ऑफ आवर सिख कम्युनिटी ब्रदर्स एंड सिस्टर्स। भारत की अगर आप देखें आर्मी में सिखों की संख्या ज्यादा है, और वन ऑफ द एफिलिएशन राष्ट्रीय सिख संगत वर्क्स विद बीजेपी एंड आरएसएस वेरी क्लोजली, और वैसे उनके बाकी के भी है। अगर आप देखिएगा, यू नो, लेडीज विंग के लिए भी राष्ट्रीय सेविका समिति है, अगर आप देखिएगा मुस्लिम मंच भी है, ताकि जो माइनॉरिटी है सारों को एक साथ लेके चले और अमन और शांति का पैगाम सारों को दे। हरजब सिंह जी, फिर सिखा नू किस गल दी प्रॉब्लम है? जिवें डी कार्लेकर जी ने कहा कि उन्होंने दफ्तर दे विच तां गुरु गोबिंद सिंह जी की भी फोटो लगी हुई है, और जिहड़े आर एस एस के चीफ हैं वो मनते भी हैं गुरु साहब नू, और गुरु साहब की फिलोसफी नू भी मनते हैं, और उन्होंने कहा कि खून एक ही है, डीने एक ही है, किस तरीके नाल लैंदे हो इन्हां दी इस गल नू? मैं एक बाणी जी तुहानू हुण मैं तुक पढ़ के सुणी पैणी है मैनू। ब्राह्मणवाद पढ़े कर किरिया करणी कर्म कराए। ब्राह्मण बखेड़िया बारे पढ़ते हैं, रस्मी संस्कार नित कर्म करते हैं, होरना पासो कर्म कांड करवाउंदे आ, इह मेरे गुरु साहब बाणी दे विच कहिंदे आ। तो ਸਾਡੀ ਨਾ ਤਾਂ ਬ੍ਰਾਹਮਣੀ ਕਰਮ ਕਾਂਡ ਤੇ ਨਾ ਹੀ ਬ੍ਰਾਹਮਣ ਦੇ ਇਸ ਪਖੰਡ ਚ, ਉਹ ਹਜ਼ਾਰਾਂ ਸਾਲਾਂ ਤੋਂ ਗੱਲ ਕਰਦੇ ਆ, ਨਾਲ ਚੱਲ ਕੇ ਲੈ ਕੇ ਆਉਣ ਦੀ ਗੱਲ ਕਰਦੇ ਆ। ਸਭ ਭਾਰਤ ਇੱਕ ਇੱਥੋਂ ਦੇ ਮੂਲ ਵਾਸੀਆਂ ਨੂੰ, ਇਹ ਜਰੇਸ਼ੀਆ ਤੋਂ ਆਏ ਹੋਏ ਲੋਕਾਂ ਨੇ ਭਾਰਤ ਦੇ ਲੋਕਾਂ ਨੂੰ 6,000 ਤੋਂ ਵੱਧ ਜਾਤਾਂ ਚ ਵੰਡਿਆ, ਇਹ ਕਿਵੇਂ ਉਹਨਾਂ ਨੂੰ ਇੱਕ ਗੱਲ ਦੀ ਕਰਕੇ ਸੋਚ ਸਕਦੇ ਆ? ਸਿੱਖ ਕਦੀ ਵੀ ਤਸਵੀਰਾਂ ਚ ਵਿਸ਼ਵਾਸ ਨਹੀਂ ਸੀ ਕਰਦਾ। ਇਸ ਬ੍ਰਾਹਮਣੀ ਆਰਐਸਐਸ ਨੇ ਸਿੱਖਾਂ ਨੂੰ ਮੂਰਤੀ ਦੇ ਨਾਲ ਜੋੜਨ ਲਈ, ਗੁਰੂ ਨਾਨਕ ਦਾ ਉਪਦੇਸ਼ ਆ, ਗੁਰੂ ਨਾਨਕ ਮੂਰਤੀ ਨੂੰ ਨੀ ਮੰਨਦਾ, ਬਾਣੀ ਜਿਹੜੀ ਆ, ਬਾਣੀ ਸ਼ਬਦ ਗੁਰੂ ਆ ਸਿੱਖ ਦਾ। ਸਿੱਖ ਨੇ ਕਦੀ ਵੀ ਮੂਰਤੀ ਪੂਜਾ ਚ ਵਿਸ਼ਵਾਸ ਨਹੀਂ ਰੱਖਣਾ, ਤੇ ਸਾਨੂੰ ਗੁਰੂ ਦਾ ਹੁਕਮ ਆ, ਅਸੀਂ ਇੱਕ ਸਿਧਾਂਤ ਨਾਲ ਜੁੜੇ ਹੋਏ ਲੋਕ ਆ। ਜਦਕਿ ਇਸ ਆਰਐਸਐਸ ਦੀ ਘੁਸਪੈਠ ਦੇ ਅਧੀਨ ਲਗਾਤਾਰ ਉਹ ਜਿਹੀਆਂ ਭਾਰਤ ਦੇ ਵਿੱਚ ਕਿਤਾਬਾਂ ਛਾਪ ਕੇ ਸਿੱਖੀ ਦਾ ਜਿਹੜਾ ਆ ਉਹ ਹਿੰਦੂਕਰਨ ਕੀਤਾ ਜਾ ਰਿਹਾ। ਅਸੀਂ ਜੇਕਰ ਇਹਨਾਂ ਦੇ ਆਫਿਸ ਦੇ ਵਿੱਚ, ਇੱਥੋਂ ਤੱਕ ਕਹਿੰਦੇ ਹਾਂ, ਇਹਨਾਂ ਦੇ ਆਫਿਸ ਦੇ ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਨੇ, ਉਹ ਲੈ ਆਉਣੀਆਂ ਚਾਹੀਦੀਆਂ ਸਿੱਖਾਂ ਨੂੰ ਚੱਕ ਕੇ, ਕਿਉਂ ਜਿੰਨੀ ਇਹਨਾਂ ਦੇ ਵੱਲੋਂ ਸਿੱਖੀ ਦੇ ਵਿੱਚ ਜਿਹੜੀ ਆ ਉਹ ਘੁਸਪੈਠ ਕੀਤੀ ਜਾ ਰਹੀ ਆ ਆਰਐਸਐਸ ਸੰਘੀਆਂ ਵੱਲੋਂ, ਇਹ ਅੱਜ ਦੀ ਨਹੀਂ, ਇਹ ਹਜ਼ਾਰਾਂ ਸਾਲਾਂ ਤੋਂ ਆ। ਹਿੰਦੁਸਤਾਨ ਦੇ ਵਿੱਚ ਇੱਥੋਂ ਦੇ ਮੂਲ ਨਿਵਾਸੀ ਲੋਕਾਂ ਨੂੰ ਇਹਨਾਂ ਨੇ ਗੁਲਾਮ ਬਣਾ ਕੇ ਰੱਖਿਆ ਹੋਇਆ ਆ, ਉਹਨਾਂ ਨੂੰ ਜਾਤੀ ਵਰਨ ਵਿਵਸਥਾ ਦੇ ਵਿੱਚ ਵੰਡ ਕੇ, ਦਲਿਤ ਸ਼ੂਦਰ ਦਾ ਇਹਨਾਂ ਨੇ ਜੋ ਪ੍ਰਕਰਮ ਚਲਾਇਆ ਤੇ ਲਗਾਤਾਰ ਜ਼ੁਲਮ ਹੋ ਰਹੇ ਆ। ਦਲਿਤਾਂ ਦੀਆਂ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਪਿੰਡਾਂ ਦੇ ਵਿੱਚ ਆਰਐਸਐਸ ਦੇ ਗੁੰਡੇ ਘੁਮਾਉਂਦੇ ਆ, ਬੀਜੇਪੀ ਬਜਰੰਗ ਦਲ ਸ਼ਰੇਆਮ ਭਾਰਤ ਦੇ ਵਿੱਚ ਬਲਾਤਕਾਰ ਕਰਕੇ ਧੀਆਂ ਭੈਣਾਂ ਨੂੰ ਉਹਨਾਂ ਦੇ ਦਰਖਤਾਂ ਨਾਲ ਤੰਗ ਦਿੱਤਾ ਜਾਂਦਾ। ਯੂਪੀ ਦੇ ਵਿੱਚ ਮੋਦੀ ਤੋਂ ਬਾਅਦ 2 ਮਹੀਨਿਆਂ ਦੇ ਵਿੱਚ 800 ਤੋਂ ਵੱਧ ਬਲਾਤਕਾਰ ਹੁੰਦੇ ਆ, 900 ਤੋਂ ਵੱਧ ਦਲਿਤ ਜਿਹੜੇ ਆ ਉਹ ਮਾਰ ਦਿੱਤੇ ਜਾਂਦੇ ਆ। ਪੰਜਾਬ ਦੇ ਵਿੱਚ ਜੋ ਸਿੱਖਾਂ ਦੇ ਵਿੱਚ ਘੁਸਪੈਠ ਆਰਐਸਐਸ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ, ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪਰਸੋਂ ਹੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਹੁਕਮ ਆ, ਹੁਕਮਨਾਮਾ ਆਇਆ ਸਾਨੂੰ ਅਕਾਲ ਤਖਤ ਦਾ ਹੁਕਮਨਾਮਾ ਸਿਰ ਮੱਥੇ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਰਐਸਐਸ ਦੀ ਜਿਹੜੀ ਸਿੱਖੀ ਦੇ ਵਿੱਚ ਘੁਸਪੈਠ ਆ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਆਰਐਸਐਸ ਦਾ ਸਿੱਖ ਕੌਮ ਜਿਹੜੀ ਆ ਉਹ ਬਾਈਕਾਟ ਕਰੇ। ਡੀ ਕਾਰਲੇਕਰ ਜੀ,
ਜਿਵੇਂ ਕਿ ਉਹਨਾਂ ਨੇ ਆਪਣੀ ਗੱਲ ਰੱਖੀ, ਉਹ ਕਿਆ ਕਹਿਣਾ ਚਾਹੁੰਦੇ ਹਨ ਕਿ ਸਿੱਖ ਇੱਕ ਵੱਖਰਾ ਧਰਮ ਹੈ, ਸਿੱਖ ਇਜ਼ ਅ ਡਿਫਰੈਂਟ ਰਿਲੀਜਨ ਐਂਡ ਦੇ ਹੈਵ ਅ ਡਿਫਰੈਂਟ ਪ੍ਰੈਕਟਿਸ, ਸੋ ਵਾਈ ਦ ਮਿਨੋਰਿਟੀਜ਼ ਆਰ ਨੋਟ ਫੀਲਿੰਗ ਸੇਫ ਇਨ ਇੰਡੀਆ ਐਂਡ ਵਾਈ ਦ ਗਵਰਨਮੈਂਟ, ਇਫ ਯੂ ਕੈਨ ਟਾਕ ਅਬਾਊਟ BJP ਔਰ ਲੈਟਸ ਟਾਕ ਅਬਾਊਟ RSS, ਵਾਈ ਦੇ ਡੋਂਟ ਕੰਸਿਡਰ ਸਿੱਖ ਹੈਜ਼ ਅ ਡਿਫਰੈਂਟ ਰਿਲੀਜਨ? ਦੇਖੀਏਗਾ ਹਰਕਿਰਤ ਜੀ, ਆਈ ਰਿਸਪੈਕਟ ਹਰਜਾਪ ਸਿੰਘ, ਉਨਕੋ ਆਪਣਾ ਓਪੀਨੀਅਨ ਰੱਖਨੇ ਕੀ ਦੈਟਸ ਇਜ਼ ਪ੍ਰੋਰੋਗੇਟਿਵ, ਵੋ ਕਹਿ ਸਕਤੇ ਹੈ। ਦੇਖੀਏਗਾ ਅਨੇਕਤਾ ਮੇਂ ਏਕਤਾ, ਯਹੀ ਤੋ ਖਾਸੀਅਤ ਹੈ ਸਨਾਤਨ ਧਰਮ ਕੀ ਯਾ ਫਿਰ ਭਾਰਤੀਯੋ ਕੀ। ਆਪ ਕਿਸੀ ਵੀ ਧਰਮ ਕੇ ਹੋ, ਆਪ ਕਿਸੀ ਵੀ ਪੰਥ ਕੇ ਹੋ, ਦੇਖੀਏਗਾ ਆਈ ਮੀਨ ਸਿੱਖ, ਮੈਂ ਤੋ ਇਸਕੋ ਖਾਲਸਾ ਪੰਥ ਕਹਿਤਾ ਹੂੰ, ਠੀਕ ਹੈ। ਅਗਰ ਆਪ ਜਾ ਕੇ ਦੇਖੇ 550-600 ਸਾਲ ਪਹਿਲੇ ਜਾਏ, ਸਿੱਖ ਧਰਮ ਕੀ ਜੋ ਸਥਾਪਨਾ ਹੋਈ ਥੀ, ਯੇ ਹਿੰਦੂ ਧਰਮ ਕੇ ਰਕਸ਼ਣ ਕੇ ਲਿਏ, ਅਗਰ ਆਪ ਸਿੱਖੋ ਕੇ ਪੂਰੇ ਧਰਮ ਗੁਰੂ ਦੇਖ ਲੈ, ਸਾਰੇ ਹਿੰਦੂ ਥੇ, ਠੀਕ ਹੈ। 1905 ਤੱਕ ਤੋ ਸਿੱਖ ਵਾਸ ਕਾਲਡ ਐਸ ਖਾਲਸਾ, ਉਹ ਤੋ ਠੀਕ ਹੈ, ਕਾਂਗਰਸ ਨੇ ਬਾਅਦ ਮੇਂ 1905 ਮੇਂ ਵੋਟੋ ਕੇ ਚੱਕਰ ਮੇਂ ਯੂ ਨੋ ਬਸ ਬੋਲ ਦੀਏ ਕਿ ਹਮ ਆਪਕੋ ਕੁਛ ਕਰ ਦੇਂਗੇ, ਬਣਾ ਦੇਂਗੇ। ਹੈਵਿੰਗ ਸੈਡ ਦੈਟ, ਦੇਖੋ ਹਰ ਇੱਕ ਕੋ ਆਪਣਾ ਆਪਣਾ ਮਜ਼ਹਬ ਰੱਖਣੇ ਕੀ ਸੁਵਿਧਾ ਹੈ। ਮੈਂ ਹਿੰਦੁਸਤਾਨ ਮੇਂ, ਮੇਰੀ ਪਰਵਰਿਸ਼ ਮੁੰਬਈ ਸੇ ਹੈ, ਮੇਰੇ ਪੂਰੇ ਮੁਹੱਲੇ ਮੇਂ 11-12 ਫੈਮਿਲੀ ਪੰਜਾਬੀਓ ਕੀ ਔਰ ਸਿੱਖੋ ਕੀ ਹੋਈ ਹੈ। ਹਮਾਰੇ ਵਕਤ ਮੇਂ ਜੋ ਬੜਾ ਬੇਟਾ ਥਾ, ਉਸਕੋ ਸਿੱਖ ਧਰਮ ਕਾ ਅਨੁਯਾਈ ਹੋਤਾ ਥਾ, ਬਾਕੀ ਕੇ ਭਾਈ ਬਹਿਨ ਪੰਜਾਬੀ ਰਹਿਤੇ ਥੇ। ਤੋ ਯੇ ਤੋ ਹਮਾਰੀ ਪਰੰਪਰਾ ਇਹ ਰਹੀ ਹੈ ਕਿ ਏਕ ਹੀ ਕੁਟੁੰਬ ਮੇਂ, ਏਕ ਹੀ ਫੈਮਿਲੀ ਮੇਂ ਬੜਾ ਭਾਈ ਹੋਗਾ ਵੋ ਸਿੱਖ ਹੋਗਾ, ਔਰ ਛੋਟਾ ਭਾਈ ਵੋ ਪੰਜਾਬੀ ਹੋਗਾ। ਤੋ ਯੇ ਤੋ ਹਮਾਰਾ ਸੌਭਾਗਯ ਹੈ ਕਿ ਆਜ ਅਗਰ ਆਪ ਦੇਖੇ, ਮੇਰਾ ਤੋ ਯੇ ਕਹਿਣਾ ਹੈ, ਮੇਰਾ ਵਿਅਕਤੀਗਤ ਕਹਿਣਾ ਹੈ ਕਿ ਭਾਰਤ ਕੇ ਰਕਸ਼ਾ ਕੇ ਲੀਏ ਔਰ ਸਨਾਤਨ ਧਰਮ ਕੇ ਰਕਸ਼ਾ ਕੇ ਲੀਏ, ਅਗਰ ਮੈਂ ਕਹੂੰ ਕਿਸੀ ਪੰਥ ਨੇ ਔਰ ਕਿਸੀ ਕਮਿਊਨਿਟੀ ਨੇ ਸਬਸੇ ਬੜਾ ਸੈਕਰੀਫਾਈਸ ਔਰ ਬਲੀਦਾਨ ਕੀਆ ਹੈ, ਤੋ ਵੋ ਸਿੱਖੋ ਕਾ ਹੈ। ਭਾਰਤੀਯ ਮੂਲ ਕਾ ਵੰਸ਼ਜ ਹੂੰ ਮੈਂ, ਅਮਰੀਕਾ ਮੇਂ ਰਹਿਤਾ ਹੂੰ, ਔਰ ਯੇ ਬੜੀ ਗਰਵ ਕੀ ਬਾਤ ਹੈ। ਤੋ ਕਾਰਲੇਗਰ ਜੀ, ਆਪ ਮਾਨਤੇ ਹੈ ਕਿ ਜੋ ਸਿੱਖ ਹੈ ਵੋ ਹਿੰਦੂ ਧਰਮ ਕੀ ਰਕਸ਼ਾ ਕਰਨੇ ਕੇ ਲੀਏ ਉਨਕਾ ਜਨਮ ਹੁਆ ਥਾ, ਆਪ ਯੇ ਕਹਿਣਾ ਚਾਹਤੇ ਹੈਂ? ਆਜ ਵੀ ਕਰਤੇ ਹੈਂ, ਅਗਰ ਆਪ ਦੇਖੇ 32% ਬਿਲਕੁਲ ਝੂਠ ਬੋਲ ਰਹੇ ਹੈਂ। ਹਾਂ ਹਾਂ ਬਿਲਕੁਲ ਝੂਠ ਬੋਲ ਰਹੇ ਹੈਂ। ਹਾਂ ਜੀ, ਹਰਜਪ ਜੀ ਤੁਹਾਡੇ ਕੀ ਵਿਚਾਰ ਨੇ? ਨਹੀਂ ਬਿਲਕੁਲ ਨਹੀਂ, ਗੁਰੂ ਗ੍ਰੰਥ ਸਿੰਘ ਮਹਾਰਾਜ ਦੀਆਂ ਜਿਹੜੀਆਂ ਨੇ ਉਹ ਲੜਾਈਆਂ ਹਿੰਦੂ ਪਹਾੜੀ ਰਾਜਿਆਂ ਨਾਲ ਉਹਨਾਂ ਨਾਲ ਹੀ ਸੀ, ਜਿਹੜੇ RSS ਬ੍ਰਾਹਮਣਵਾਦੀ ਆਈਡੀਓਲੋਜੀ ਜਿਹੜੀ ਉਹ ਥਾਪ ਰਹੇ ਸੀ, ਜਿਹਨਾਂ ਨੂੰ ਖਤਰਾ ਹੋ ਗਿਆ ਜਦੋਂ ਖਾਲਸੇ ਦੀ ਸਾਜਨਾ ਹੋਈ ਆ। ਸਭ ਤੋਂ ਪਹਿਲਾਂ ਤਕਲੀਫ ਤਾਂ ਬ੍ਰਾਹਮਣ ਨੂੰ ਹੋਈ ਆ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹਾਦਤ ਕਰਾਉਣ ਵਾਲੇ ਇਹ ਕਸ਼ਮੀਰੀ ਪੰਡਿਤ ਨੇ, ਇਹਨਾਂ ਗੁਰੂ ਅਰਜਨ ਪਾਤਸ਼ਾਹ ਨੂੰ ਤਸੀਹੇ ਦੇਣ ਵਾਲੇ ਇਹੀ ਲੋਕ ਨੇ। ਸਿੱਖ ਦੀ ਆਈਡੀਓਲੋਜੀ ਦਾ ਬਿਲਕੁਲ ਵੀ ਹਿੰਦੂ ਦੀ ਰੱਖਿਆ ਕਰਨ ਦੇ ਨਾਲ ਸਾਡਾ ਕੀ ਮਤਲਬ? ਸਿੱਖ ਇਨਸਾਨੀਅਤ ਦਾ ਰੱਖਿਆ ਆ। ਜਦੋਂ ਇਹ ਲੋਕ ਕਹਿੰਦੇ ਆ ਵੀ ਸਾਡੀ ਹਿੰਦੂਆਂ ਦੀ ਰੱਖਿਆ ਕੀਤੀ, ਤਾਂ ਇਹ ਸਿੱਖ ਧਰਮ ਨੂੰ ਬਹੁਤ ਛੋਟਾ ਕਰ ਦਿੰਦੇ ਆ। ਸਿੱਖ ਦਾ ਫਲਸਫਾ ਪੂਰੀ ਕਾਇਨਾਤ ਦਾ ਆ, ਸਿੱਖ ਦਾ ਫਲਸਫਾ ਪੂਰੇ ਬ੍ਰਹਿਮੰਡ ਦਾ ਆ। ਉਸ ਗੁਰੂ ਪਾਤਸ਼ਾਹ ਨੇ ਸਾਨੂੰ ਕਾਇਨਾਤ ਤੇ ਬ੍ਰਹਿਮੰਡ ਦੇ ਨਾਲ ਜੋੜਿਆ, ਤੇ ਭਾਰਤੀ ਇਹ ਹਿੰਦੂਤਵੀ ਆਈਡੀਓਲੋਜੀ, ਬ੍ਰਾਹਮਣੀ ਆਈਡੀਓਲੋਜੀ ਜਿਹੜੀ ਕਿ ਇਸ ਵਾਤਾਵਰਨ ਦੇ ਵੀ ਖਿਲਾਫ ਆ, ਜਿਹੜੀ ਕਿ ਇਸ ਮਨੁੱਖਤਾ ਦੇ ਮਨੁੱਖਤਾ ਦੇ ਖਿਲਾਫ ਆ। ਜੇਕਰ ਇਹਨਾਂ ਨੂੰ ਲੱਗਦਾ ਕਿ ਸਿੱਖਾਂ ਨੇ ਹੀ ਸਨਾਤਨ ਨੂੰ ਬਚਾਇਆ, ਤਾਂ ਸਨਾਤਨ ਤਾਂ ਸ਼ਰੇਆਮ ਧਮਕੀਆਂ ਦਿੰਦਾ ਸਿੱਖਾਂ ਨੂੰ। 1984 ਦੇ ਵਿੱਚ ਲੱਖਾਂ ਦੀ ਗਿਣਤੀ ਚ ਪਿੰਡਾਂ ਚ ਤੱਕ ਚੱਕ ਕੇ ਮੁੰਡਿਆਂ ਦੇ ਮੁਕਾਬਲੇ ਬਣਾ ਦਿੱਤੇ ਗਏ। 1984 ਸਿੱਖਾਂ ਦਾ ਅਕਾਲ ਤਖ਼ਤ ਢਾਇਆ ਗਿਆ, 33 ਹੋਰ ਗੁਰਦੁਆਰੇ ਢਾਏ ਗਏ, ਇਹਨਾਂ ਦੇ ਲੱਡੂ ਵੰਡੇ ਇਹਨਾਂ ਲੋਕਾਂ ਨੇ। ਅੱਜ ਵੀ ਲਗਾਤਾਰ ਰਵਿਦਾਸ ਮਹਾਰਾਜ ਦੇ ਮੰਦਰ ਜਿਹੜੇ ਉਹ ਢਾ ਦਿੱਤੇ ਜਾਂਦੇ ਆ। ਅੱਜ ਵੀ ਦਲਿਤਾਂ ਨੂੰ ਜਿਹੜਾ ਆ ਇਹ ਇਹਨਾਂ ਦੇ ਜਿਹੜੇ ਉੱਧਰ ਸਾਊਥ ਸਾਈਡ ਦੇ ਵਿੱਚ ਜਿਹੜੇ ਇਹਨਾਂ ਦੇ ਬ੍ਰਾਹਮਣ ਨੇ, RSS ਦੀ ਲੀਡਰ ਨੇ, ਉਹ ਕਹਿੰਦੇ ਆ ਵੀ ਦਲਿਤ ਔਰਤਾਂ ਨੂੰ ਦੇਵਦਾਸੀਆਂ ਬਣਾ ਕੇ ਰੱਖਣਾ ਚਾਹੀਦਾ ਆ। ਸੋ ਇਹੋ ਜਿਹੇ ਇਹਨਾਂ ਦੀ ਪ੍ਰਥਾ ਆ, ਇਹ ਇਹਨਾਂ ਦੀ ਆਈਡੀਓਲੋਜੀ ਆ ਮਨੁਸਮ੍ਰਿਤੀ। ਠੀਕ ਹੈ, ਮਨੁਸਮ੍ਰਿਤੀ ਦੇ ਖਾਤਮੇ ਲਈ ਗੁਰੂ ਪਾਤਸ਼ਾਹ ਨੇ 35 ਮਹਾਂਪੁਰਖਾਂ ਨੇ, ਜਿੱਥੇ ਬਰਾਬਰ ਨੇ, ਕੋਈ ਉੱਚਾ ਨੀ, ਕੋਈ ਨੀਵਾਂ ਨੀ, ਸਾਰੇ ਬਰਾਬਰ ਨੇ, ਉਹਨਾਂ ਨੇ ਮਨੁਸਮ੍ਰਿਤੀ ਦੇ ਇਸ ਲੋ ਸਿਧਾਂਤ ਦੇ ਖਾਤਮੇ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ ਆ। ਤੇ ਖਾਲਸੇ ਪੰਥ ਦੀ ਸਿਰਜਣਾ ਇੱਕ ਨਵੇਕਲਾ
ਨਵੇਕਲਾ ਸਿਸਟਮ ਹੈ ਜਿਹੜੀ ਹਿੰਦੂ ਤਬਾ ਬ੍ਰਾਹਮਣਵਾਦ ਦੀ ਸੋਚ ਨੂੰ ਖਤਮ ਕਰਦੀ। ਠੀਕ ਹੈ, ਚਲੋ ਹੁਣ ਮੈਂ ਡੀ ਕਾਰਲੇਕਰ ਜੀ ਤੋਂ ਸਵਾਲ ਕਰ ਲੈਣਾ। ਡੀ ਕਾਰਲੇਕਰ ਜੀ, ਤੁਸੀਂ ਕਿਹਾ ਕਿ ਮੈਂ ਖਾਲਸੇ ਨੂੰ ਖਾਲਸਾ ਪੰਥ ਮੰਨਦਾ, ਤੇ ਤੁਹਾਨੂੰ ਲੱਗਦਾ ਹੈ ਕਿ ਖਾਲਸੇ ਪੰਥ ਦਾ ਵੀ ਓਨਾ ਹੀ ਹੱਕ ਹੈ ਜਿੰਨਾ ਹੋਰ ਉੱਥੇ ਭਾਈਚਾਰਾ ਭਾਰਤ ਦੇ ਵਿੱਚ ਰਹਿੰਦਾ? ਕੀ ਤੁਹਾਨੂੰ ਲੱਗਦਾ ਕਿ ਜਿਹੜਾ ਖਾਲਸਾ ਪੰਥ ਹੈ ਉਹ ਇੱਕ ਵੱਖਰਾ ਰਿਲੀਜਨ ਹੈਗਾ, ਦੈਟਸ ਅ ਡਿਫਰੈਂਟ ਰਿਲੀਜਨ, ਔਰ ਜਿਹਦੀ ਅੱਜ ਘੱਟ ਗਿਣਤੀਆਂ ਦੇ ਵਿੱਚ ਰਾਏਸ਼ੁਮਾਰੀ ਉੱਥੇ ਹੁੰਦੀ ਹੈ? ਬਟ ਡੈਫੀਨੇਟਲੀ ਤੁਸੀਂ ਕਿਹਾ ਕਿ ਜਿਹੜੇ ਸਿੱਖ ਨੇ ਉਹ ਸਾਡੇ ਭਰਾ ਨੇ, ਪਰ ਫਿਰ ਸਿੱਖਾਂ ਨੂੰ ਉਹਨਾਂ ਦਾ ਬਣਦਾ ਹੱਕ ਕਿਉਂ ਨਹੀਂ ਭਾਰਤ ਦਾ ਸੰਵਿਧਾਨ ਦਿੰਦਾ? ਇੱਕ ਵੱਡਾ ਸਵਾਲ ਬਣਦਾ। ਇਸ ਸਵਾਲ ਦੇ ਉੱਤੇ ਵੀ ਮੈਂ ਜਵਾਬ ਲਵਾਂਗਾ। ਫਿਲਹਾਲ ਮੈਨੂੰ ਇੱਕ ਸਮਾਂ ਜਿਹੜਾ ਨਿੱਕੇ ਬ੍ਰੇਕ ਲਈ ਰੁਕ ਰਿਹਾ ਹੈ, ਤਾਂ ਡੀ ਕਾਰਲੇਕਰ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ, ਅਤੇ ਹਰਜਪ ਸਿੰਘ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਤੁਹਾਡਾ ਸਵਾਗਤ ਹੈ ਬ੍ਰੇਕ ਤੋਂ ਬਾਅਦ। ਸਾਡੇ ਨਾਲ ਡੀ ਕਾਰਲੇਕਰ, ਜੋ ਕਿ ਹਿੰਦੂ ਰਾਸ਼ਟਰ ਸਵੰਮ ਸੇਵਕ ਸੰਘ ਦੇ ਜਿਹੜੇ ਐਗਜ਼ੈਕਟਿਵ ਮੈਂਬਰ ਹਨ ਅਮੈਰੀਕਾ ਤੋਂ, ਉਹ ਸਾਡੇ ਨਾਲ ਸਕਾਈਪ ਦੇ ਜ਼ਰੀਏ ਮੌਜੂਦ ਹਨ, ਅਤੇ ਦੂਜੇ ਪਾਸੇ ਸਾਡੇ ਨਾਲ ਹਰਜਪ ਸਿੰਘ ਜੱਪੀ ਮੌਜੂਦ ਹਨ ਕੈਲੀਫੋਰਨੀਆ ਤੋਂ। ਸੋ ਦੋਵਾਂ ਦਾ ਅਸੀਂ ਮੰਚ ਦੇ ਉੱਤੇ ਮੋੜ ਤੋਂ ਸਵਾਗਤ ਕਰਦੇ ਹਾਂ। ਸੋ ਕਾਰਲੇਕਰ ਜੀ, ਸਵਾਲ ਤੁਹਾਡੇ ਤੋਂ ਹੈਗਾ ਸਿੱਧਾ ਸਿੱਧਾ, ਜੇਕਰ ਤੁਸੀਂ ਖਾਲਸਾ ਪੰਥ ਨੂੰ ਮੰਨਦੇ ਹੋ ਕਿ ਵਾਕਈ ਹੀ ਉਹਨਾਂ ਨੇ ਦੇਸ਼ ਲਈ ਕੁਝ ਕੀਤਾ, ਤਾਂ ਫਿਰ ਭਾਰਤ ਦਾ ਜਿਹੜਾ ਸੰਵਿਧਾਨ ਹੈ ਕੌਂਸਟੀਟਿਊਸ਼ਨ ਆਫ ਇੰਡੀਆ, ਵਾਈ ਦੇ ਡੋਂਟ ਅਲਾਓ ਸਿੱਖਿਜ਼ਮ ਐਜ਼ ਅ ਡਿਫਰੈਂਟ ਰਿਲੀਜਨ, ਵਾਈ ਦੇਰ ਇਜ਼ ਨੋ ਅਮੈਂਡਮੈਂਟ ਟਿਲ ਨਾਓ ਇਨ ਆਰਟੀਕਲ 25B? ਥੈਂਕ ਯੂ ਅਗੇਨ ਫਾਰ ਆਸਕਿੰਗ ਦਿਸ ਕੁਐਸਚਨ, ਵੈਰੀ ਇੰਟਰਸਟਿੰਗ ਕੁਐਸਚਨ। ਮੋਦੀ ਜੀ ਅਬ ਹਾਉਡੀ ਮੋਦੀ ਇਵੈਂਟ ਕੇ ਲਈ ਹਿਊਸਟਨ ਆਏ ਥੇ, ਔਰ ਹਮਾਰੇ ਸਿੱਖ ਪੰਥ ਕੇ ਕੁਛ ਲੀਡਰਸ ਜਾ ਕੇ ਮਿਲੇ ਥੇ, ਔਰ ਉਹਨੇ ਜੋ ਆਪਣੀ ਰਿਕੁਆਇਰਮੈਂਟਸ ਦੀ ਥੀ ਉਸਮੇ ਯੇ ਵੀ ਰਿਕੁਆਇਰਮੈਂਟ ਥੀ ਕਿ ਆਰਟੀਕਲ 25B ਕੋ ਅਮੈਂਡ ਕੀਆ ਜਾਏ, ਔਰ ਸਿੱਖ ਕਾ ਜੋ ਪੰਥ ਹੈ ਉਸਕੋ ਇੱਕ ਧਰਮ ਕੀ ਇੱਕ ਇਜਾਜ਼ਤ ਦੇ। ਇਹ ਉਹਨਾਂ ਨੇ ਫਾਰਮਲ ਰਿਕੁਐਸਟ ਕੀ ਥੀ ਮੋਦੀ ਜੀ ਕੇ ਲੀਏ, ਔਰ ਮੇਰੇ ਹਿਸਾਬ ਸੇ 18 ਲੋਕੋ ਕਾ ਡੈਲੀਗੇਸ਼ਨ ਮੋਦੀ ਜੀ ਕੋ ਮਿਲਾ ਥਾ, ਉਹ ਬੜਾ ਵਾਇਰਲ ਵੀ ਹੋਆ ਥਾ। ਆਤਮਾ ਸਿੰਘ ਨੇ ਪੂਰਾ ਉਸਕਾ ਇੱਕ ਵੀਡੀਓ ਬਣਾ ਕੇ ਫੇਸਬੁੱਕ ਲਾਈਵ ਕਰ ਦਿਆ ਥਾ। ਤੋ ਮਸਲਾ ਤੋ ਯੇ ਹੈ ਹੀ ਨਹੀਂ, ਜਬ ਮੋਦੀ ਸਾਹਿਬ ਨੇ ਕਿਹਾ ਕਿ ਭਈ ਆਪਕੀ ਜੋ ਵੀ ਆਪ ਜੋ ਵੀ ਚਾਹਤੇ ਹੈ ਵੋ ਦੇ, ਸਿੱਖ ਭਾਈ ਬਹਿਣ ਇਟਸ ਐਨ ਇੰਟੀਗਰਲ ਪਾਰਟ ਆਫ ਭਾਰਤ, ਭਾਰਤ ਕੋ ਆਜ ਭਾਰਤ ਜੋ ਹੈ ਵੋ ਸਿੱਖੋ ਕੇ ਵਜਹ ਸੇ ਹੈ, ਬੜੀ ਕੁਰਬਾਨੀਆਂ ਦੀ ਹੈ, ਤੋ ਸਿੱਖ ਇਜ਼ ਐਨ ਇੰਟੀਗਰਲ ਪਾਰਟ ਆਫ ਭਾਰਤ। ਦੇਖੀਏਗਾ ਅਗਰ ਆਪ ਗੁਰੂ ਗੋਬਿੰਦ ਸਿੰਘ ਕੇ ਜੋ ਹੁਕਮ ਹੈ, ਅਗਰ ਆਪ ਕਹੇ ਮੈਂ ਖੁਦ ਗੁਰਦੁਆਰੇ ਜਾਤਾ ਹੂੰ, ਮੈਂ ਖੁਦ ਗੁਰਬਾਨੀ ਅਟੈਂਡ ਕਰਤਾ ਹੂੰ, ਮੈਂ 10% ਸੇ ਜ਼ਿਆਦਾ ਡੋਨੇਟ ਕਰਤਾ ਹੂੰ, ਅਨੁਸ਼ਾਸਨ ਯਾ ਡਿਸਿਪਲਿਨ ਰੱਖਤਾ ਹੂੰ, ਓਨੈਸਟੀ ਹੈ, ਸਾਦਗੀ ਕੀ ਜ਼ਿੰਦਗੀ ਹੈ, ਆਈ ਵਰਕ ਹਾਰਡ, ਆਈ ਗਿਵ ਇਟ ਬੈਕ ਟੂ ਦ ਕਮਿਊਨਿਟੀ, ਸੇਵਾ ਕਰਦੇ ਹੈ ਬੜੇ ਬੜੇ ਕਾਜ਼ਸ ਮੇਂ। ਅਭੀ ਮੇਰਾ ਛੋੜੀਏ, ਅਭੀ ਬਿਹਾਰ ਮੇਂ ਜੋ ਬਾੜ ਆਈ ਥੀ, 12,000 RSS ਕੇ ਕਾਰਯਕਰਤਾ ਗਏ ਥੇ, ਉਹ ਕਿਸਕੋ ਪੁੱਛ ਨਹੀਂ ਰਹੇ ਥੇ ਕਿ ਭੀ ਆਪਕਾ ਧਰਮ ਕਿਆ ਹੈ, ਆਪ ਹਿੰਦੂ ਹੋ ਤੋ ਆਪਕੋ ਬਚਾਏਂਗੇ ਆਪ। ਤੇ ਫਿਰ ਕਾਰਲੇਕਰ ਜੀ, ਜਿਹੜੀ ਗੱਲ ਹਰਜਪ ਸਿੰਘ ਜੀ ਨੇ ਕਹੀ ਕਿ RSS ਦੇ ਜਿਹੜੇ ਕਈ ਮੈਂਬਰ ਹਨ ਉਹ ਬਲਾਤਕਾਰ ਕਰਦੇ ਹਨ, ਦਲਿਤਾਂ ਦੇ ਨਾਲ ਠੀਕ ਵਿਵਹਾਰ ਨਹੀਂ ਕਰ ਰਹੇ, ਸਿੱਖਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਤੁਸੀਂ ਕੋਸ਼ਿਸ਼ ਕਰਦੇ ਹੋ, ਸਿੱਖਾਂ ਦੇ ਲਈ ਤੁਸੀਂ ਵਚਨਬੰਧ ਨਹੀਂ ਹੋ, ਤੁਸੀਂ ਸਾਹਮਣੇ ਤਾਂ ਉਹਨਾਂ ਨੂੰ ਭਰਾ ਭਰਾ ਕਹਿੰਦੇ ਹੋ, ਲੇਕਿਨ ਉਹਨਾਂ ਦੇ ਪਿੱਛੇ ਤੁਸੀਂ ਉਹਨਾਂ ਦੇ ਹੀ ਇਤਿਹਾਸ ਨੂੰ ਮਿਟਾਉਣ ਦੀ ਕਵਾਇਦ ਸ਼ੁਰੂ ਕੀਤੀ ਹੋਈ ਹੈ। ਸਾ ਫਿਰ ਕਿਸ ਤਰੀਕੇ ਨਾਲ ਵੇਖਦੇ ਹੋ ਤੁਸੀਂ ਹਰਜਪ ਸਿੰਘ ਜੀ ਦੀ ਇਸ ਗੱਲ ਨੂੰ? ਇਹ ਹਰਜਪ ਸਿੰਘ ਕਾ ਖੁਦ ਕਾ ਬਿਆਨ ਹੈ, ਮੈਂ ਉਨਕੋ ਫਰੀਡਮ ਹੈ ਆਪਣਾ ਬਿਆਨ ਰੱਖਣੇ ਕੇ ਲੀਏ, ਬਟ ਆਈ ਡੋ ਨਾਟ ਐਂਡੋਰਸ ਇਟ ਐਂਡ ਆਈ ਡੋ ਨਾਟ ਅਗਰੀ ਵਿਦ ਹਿਮ ਰਿਸਪੈਕਟਫੁਲੀ। ਸਿੱਖ ਹਮਾਰੇ ਭਾਈ ਬਹਿਨ ਹੈ, ਹਮਾਰੀ ਭਾਰਤੀਯ ਕੌਮ ਕਾ ਔਰ ਭਾਰਤ ਦੇਸ਼ ਕੇ ਇੱਕ ਅਭਿੰਨ ਅੰਗ ਹੈ ਵੋ। ਕਾਰਲੇਕਰ ਜੀ, ਤੁਸੀਂ ਸਿੱਖਾਂ ਦੀ ਸਿਰਮੋਰ ਸੰਸਥਾ ਅਕਾਲ ਤਖਤ ਸਾਹਿਬ ਦੇ ਬਾਰੇ ਤਾਂ ਜਾਣਦੇ ਹੋਵੋਗੇ? ਹਾਂਜੀ ਹਾਂ। ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਹਨ ਗੁਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ RSS ਦੇਸ਼ ਨੂੰ ਤੋੜਨ ਦਾ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਵਿੱਚ ਗਲਤ ਵਿਚਾਰਧਾਰਾ ਕ੍ਰੀਏਟ ਕਰ ਰਹੀ ਹੈ। ਤੇ ਉਹ ਜੀ ਹਾਂ, ਦੇਖੀਏਗਾ, ਇਹ ਉਨਕਾ ਵਿਅਕਤੀਗਤ ਟਿੱਪਣੀ ਹੈ, ਉਸ ਉਹਨੇ ਵੋ ਕਿਸ ਕੰਟੈਕਸਟ ਮੇਂ ਕਹੀ ਥੀ, ਕਿਸ ਕਿਸ ਵਿਸ਼ੇ ਕੇ ਬਾਰੇ ਮੇਂ ਕਹੀ ਥੀ, ਵੋ ਹਮੇ ਦੇਖਣਾ ਪੜੇਗਾ। ਬਿਕੋਜ਼ ਮੈਨੀ ਟਾਈਮਸ ਕਿਆ ਹੋਤਾ ਹੈ ਕਿ ਆਪ ਇੱਕ ਕਮੈਂਟ ਕੋ ਆਈਸੋਲੇਸ਼ਨ ਮੇਂ ਲੈ ਲੇਤੇ ਹੋ ਔਰ ਉਸਕਾ ਬਖੇੜਾ ਖੜਾ ਕਰਤੇ ਹੋ, ਠੀਕ ਹੈ। ਮੇਰੀ ਇਹ ਗੁਜ਼ਾਰਿਸ਼ ਹੈ ਕਿ ਅਗਰ ਆਪ ਦੇਖੇ, ਐਜ਼ ਅ ਭਾਰਤੀਯ ਮੂਲ ਕੇ ਹਮ ਵੰਸ਼ ਹੈ, ਵੰਸ਼ਜ ਹੈ, ਤੋ ਹਮ ਅਨੇਕਤਾ ਮੇਂ ਏਕਤਾ ਕੋ ਪ੍ਰਮੋਟ ਕਰਤੇ ਹੈ।
हमारा नारा ही यही है कि वसुधैव कुटुंबकम। हम सिख या फिर खालसा धर्म की, जो खालसा धर्म शुरू क्यों हुआ था, हिंदू धर्म को बचाने के लिए, हिंदू धर्म की रक्षा करने के लिए। तो आप तो भाई यू आर अ पार्ट ऑफ हिंदू धर्म ठीक है है ना, तो हरजब जी, हमारे ऐसे हिंदू भाई धर्म दे पार्ट क्योंकि है। आपने हमको बचाया है। नहीं, जी बिल्कुल जी साडा लैण देण भी नहीं आ, हिंदू दे नाल बिल्कुल भी साडा लैण देण, उह भरा ने उह अपना धर्म दा खूबी मनण, असीं भारत दे मूल निवासी हां, गुरु पातशाह उहनां पैंतियां महापुरखां ने भारत दे लोकां नूं खड़िया कीता इस ब्राह्मणी पखंडवाद दे खिलाफ, मौजूदा हुकूमतां जिन्हां दे नाल हमेशा ही इह ब्राह्मण भागीवाद भागीवाद रही है, आरएसएस ਇਹ ਮਨੂ ਆਈਡੀਓਲੋਜੀ ਔਰ ਆਰਐਸਐਸ ਹੀ ਮਨੂ ਦੀ ਆਈਡੀਓਲੋਜੀ ਆ, ਤੇ ਜਿਹੜੀ ਇਹ ਗੱਲ ਕਰਦੇ ਆ ਵੀ ਵਿਅਕਤੀਗਤ ਮਾਮਲਾ ਨਹੀਂ ਆ, ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਆ, ਇਹ ਸੰਪੂਰਨ ਸਾਡੀ ਸਿੱਖ ਕੌਮ ਦਾ ਫੈਸਲਾ ਆ, ਇੱਥੋਂ ਤੱਕ ਹੀ ਨਹੀਂ ਸੀ ਅਮਰੀਕਨ ਏਜੰਸੀ ਆਪਣੀ CIA ਨੇ ਖੁਦ ਆਰਐਸਐਸ ਨੂੰ ਇੱਕ ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਜਿਹੜਾ ਆ ਉਹ ਘੋਸ਼ਿਤ ਕੀਤਾ ਹੋਇਆ ਆ, ਬਕਾਇਦਾ ਸਟੇਟਮੈਂਟ ਆ CNN ਦੀ ਰਿਪੋਰਟ ਆ ਦੇ ਤੇ, ਤੇ ਇਹ ਅੱਤਵਾਦੀ ਗਤੀਵਿਧੀਆਂ ਫੈਲਾਉਂਦੇ ਆ। ਦੂਜੀ ਗੱਲ ਨਾਲ ਦੀ ਨਾਲ ਇਹ ਵੀ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਤੁਹਾਡੇ ਕਾਰਕੁਨ ਸ਼ਰੇਆਮ ਭਾਰਤ ਨੂੰ ਤੋੜ ਕੇ ਉਹਨੂੰ ਇੱਕ ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਉਹਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਬਿਆਨ ਦੇ ਸਕਦੇ ਆ, ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ। ਜਿਸ ਦਿਨ ਕੋਈ ਸਿੱਖ ਰੈਫਰੈਂਡਮ ਦੀ ਵੀ ਗੱਲ ਕਰ ਦੇਵੇ ਜਿਹੜਾ ਕਿ ਇੱਕ ਸਵੈ ਨਿਰਣੇ ਦਾ ਹੱਕ ਆ, ਜੇ ਸਿੱਖ ਖਾਲਸਾ ਦੀ ਗੱਲ ਕਰ ਲੈਂਦਾ ਭਾਰਤ ਦੇ ਵਿੱਚ, ਜੇ ਸਿੱਖ ਲਿਟਰੇਚਰ ਦੀਆਂ 4 ਕਿਤਾਬਾਂ ਵੀ ਰੱਖ ਲੈਂਦਾ ਤਾਂ ਉਹਨਾਂ ਨੂੰ ਕਿਤਾਬਾਂ ਰੱਖਣ ਦੇ ਉੱਤੇ ਹੀ ਜਿਹੜੀ ਆ ਉਮਰ ਕੈਦ ਹੋ ਜਾਂਦੀ ਆ। ਇਹ ਕਿੱਥੋਂ ਦਾ ਕਾਨੂੰਨ ਆ, ਇਹ ਕਿਹੜੇ ਮੁਲਕ ਦਾ ਇੱਕ ਸਿਧਾਂਤ ਆ? ਉਹ ਆਰਐਸਐਸ ਦੇ ਕਾਰਕੁਨ ਸ਼ਰੇਆਮ ਭਾਰਤ ਦੇ ਵਿੱਚ ਬਿਆਨ ਦਿੰਦੇ ਆ, ਹੱਥ ਵਿੱਚ ਉਹਨਾਂ ਦੇ ਤਲਵਾਰਾਂ ਨੇ, ਇਹਨਾਂ ਨੂੰ ਕਿਹੜਾ ਖਤਰਾ ਆ, ਇਹ ਕਿਹੜੀ ਫੌਜ ਬਣਾ ਰਹੇ ਆ ਜਿਹੜੇ ਉਹਨਾਂ ਨੂੰ ਹਥਿਆਰਾਂ ਨਾਲ ਲੈਸ ਹੋ ਕੇ ਪੰਜਾਬ ਦੇ ਵਿੱਚ ਵੀ, ਪਿੱਛੇ ਜਿਹਾ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਵਿੱਚ ਮਾਰਚ ਕੱਢਿਆ, ਉਸ ਤੋਂ ਪਹਿਲਾਂ ਇਹਨਾਂ ਨੇ ਬਰਨਾਲਾ ਸਾਈਡ ਇੱਧਰ ਇਹਨਾਂ ਨੇ ਮਾਰਚ ਕੱਢੇ ਆ, ਇਹਨਾਂ ਨੂੰ ਕਿੱਥੋਂ ਖਤਰਾ? ਤੇ ਸਿੱਖ ਦੇ ਉੱਤੇ ਕਿਤਾਬਾਂ ਰੱਖਣ ਤੇ ਪਰਚੇ ਪਾ ਦਿੱਤੇ ਜਾਂਦੇ ਆ। कर ले कर जी। हाँ जी, मैं कुछ चीजें करना कहना चाहूंगा हरजाब सिंह जी से। इन्होंने दो तीन चीजें कही, एक तो ब्राह्मणवाद कहा, एक मनुवाद कहा, और एक कहा कास्टिज्म। आई वॉन्ट टू गिव अ रिपटल। मोदी साहब ना ब्राह्मण है, वो तो पिछड़े जाति के हैं। और मैं आपको ऐसे हजारों लीडर्स का इंफॉर्मेशन दूंगा, जो जो बड़े बड़े बीजेपी और आरएसएस के वाइस प्रेसिडेंट है, अगर आप देखें राष्ट्रीय सिख संगत के जो प्रेसिडेंट है वो सिख है ना, मुस्लिम कम्युनिटी काउंसिल के जो प्रेसिडेंट है, मुस्लिम राष्ट्रीय मंच, वो मुस्लिम है, वो कहां से ब्राह्मण हुए है ना, वो तो मुसलमान है। आप कह रहे हो कि अगर अगर ब्राह्मणवाद है तो आरएसएस जो कि पैरेंट ऑर्गेनाइजेशन है बीजेपी का, तो उन्होंने मोदी जी को प्राइम मिनिस्टर कैंडिडेट घोषित कैसे किया, जबकि वो अदर बैकवर्ड क्लास ओबीसी कैटेगरी के जाति के हैं। तो ये जाति, ये प्रथा, अगर आप देखें, ये दिस वाज डिवाइज्ड टू प्रमोट ट्रेड। ये 10,000 साल की सिविलाइजेशन है। ये जब लोग जंगल में रहते थे, सिविलाइज में नहीं थे, तब हमने साइंस की और मैथमेटिक्स की बड़ी बड़ी खोजें की है। ठीक है, तो जो हमने जो कास्ट बनाए थे, दैट इज बेसिकली फॉर ब्रिंगिंग द एक्सेलेंस, कि भाई आप अगर पॉटर हो तो अपने घराने में, तब तो ना इंटरनेट था ना लोग पढ़े लिखे थे, तो जबानी लाभ सीखा, ऑन द जॉब ट्रेनिंग जिसको कहते हैं, कि भाई जो पॉटर का बंदा होगा, जो जो मिट्टी के जो पॉट्स बनाता है, वो अपने बेटे को सिखाएगा, बेटी को सिखाएगा। अगर आप वॉरियर हो, आपके घर में तलवार है, आप अपने बच्चों को वॉरियर सिखाओगे, तो वो क्षत्रिय हो गया, और ये पॉटर हुआ, वो यू नो टुवर्ड जनरेशन इज मेकिंग द सेम थिंग। कोई सोनार है, कोई लुहार है, तो दिस प्रोफेशन बेसिकली वी आर टॉकिंग अबाउट 10,000 साल पहले। आज नहीं है कि आपने पढ़ लिया, इंटरनेट मिल गया, ट्रेनिंग शेनिंग कर लिया, आप कुछ भी बन गए, है ना। ऐसा होता तो आप मोदी, ना आज मोदी प्राइम मिनिस्टर होता, ना मैं यहाँ होता, ना मैं संघ का कुछ एक कार्यकर्ता होता, ये होता। तो मेरे हिसाब से जो कह रहे हैं ये बड़ी शायद इनकी विचारधारा, मैं तो यही कहूँ। अच्छा, दूसरी बात कि आतंकवाद और आतंकी संगठन बताया, देखिएगा आप
जो हमारे संघ के प्रमुख है पिछले साल कन्वेंशन के लिए शिकागो में आए थे। मोदी खुद हर 2-3 साल में यहाँ पे आते हैं, जो भी संघ के कार्यकर्ता है। देर आर एस्टिमेटेड टू अबाउट 30,000 कार्यकर्ता इन द यूएस जो संघ के कार्यकर्ता है। अगर आप कहोगे तो ये बड़ा अफसोस होता है कि अगर आप हिंदुस्तान के हो और इतने साल अगर हिंदुस्तान में रह के भी अगर आपकी ये विचारधारा है, बड़ा खेद मुझे लगता है। बट मैं यही कहना चाहूंगा कि एज अ संघ वी 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 रिस्पेक्ट आवर सिख, वी रिस्पेक्ट देयर कंट्रीब्यूशन फॉर कार्लेकर जी भारत। कैलिफोर्निया रहते हैं, मैं पहले तो इतने करेक्ट कर देवा, लिव इन कैलिफोर्निया। हाँ, लेकिन भारत में रहे होंगे मेरे हिसाब से, अभी जी अभी जी कैलिफोर्निया में होंगे। जैसे मैं न्यू जर्सी में हूँ, मैं भारत में रहा हूँ, तो हमने अनेकता में एकता देखी है मेरे हिसाब से। हरजाप सिंह जी ने भी देखा होगा। और हिंदुस्तान की तरक्की जो मोदी जी के नेतृत्व में हुई है पिछले 5 साल में, इस हिसाब से एक आप इसको जगत गुरु बनाने की आप उन्होंने ठान ली है। 50% से ज्यादा भारतीयों ने मोदी जी को वोट दिए। तो आप ये कहना चाहते हो कि भारत की अगर 130 करोड़ की आबादी है तो 60 करोड़ लोगों ने आरएसएस के मेंबर है जिन्होंने मोदी जी को वोट दिए? ऐसा तो नहीं होता ना। नहीं, तो मोदी कम ये जी आपका आपका जो हिंदुस्तान का सिस्टम है ना। हेलो जी हरजब जी 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 नहीं है। जी ये जी जी आपका और के मेरा आप कब से हुआ? मोदी का यू जो डू नॉट मोदी का एंडोर्स लगा रहे हो, फॉर मोदी जो यूपिंग लगा रहे हैं फ्रॉम आप भारत। भारत में, आप देखिए, आप उसको तरक्की बोलते हैं जहां पर लोग सुबह को बैंक में जाएं तो उनका पैसा सेफ नहीं है। चलो हरजात जी, आप उत्थे उस विषय दे उत्ते ना जाइए। नहीं, जी ये भी जी गल दसनी जरूरी है। तुसी मोदी की गल करते हो, 67 दिन हो गए कश्मीर च तुसी अतवाद चलाया हुआ भारतीय हुकूमत ने। 13,000 तो वध बच्चे भारत की ही कॉन्फ्रेंस विच लेडीज ने कॉन्फ्रेंस की थी, आप वो लभदे नहीं कितने गए आ। तो जिहड़ी तुसी बैक आइडियोलॉजी की गल करते हो तो आप उस वेले तो लैके मनु तो लैके चलो मैं ओदे उते भी आवांगा। फिलहाल मैनू इत्थे एक ब्रेक लई रुकना पै रहा है। मैं अपने दर्शकों नू भी दरख्वास्त करांगा, जेकर तुहाडे ज़हन दे विच भी कोई सवाल आरएसएस नू लैके हैगा है या फिर कोई भी प्रतिक्रम तुसी इस मंच दे उते रखना चाहुंदे हो, तुसी भी सानू इस हेठ लिखे नंबर दे उते कॉल कर सकदे हो और जां फिर मैनू मेल कर सकदे हो, harkirat@justbroadcasting.com info@justbroadcasting.com। सो मैं दोवां नू दरख्वास्त करांगा कि तुसी साडे नाल बने रहो। फिलहाल एक ब्रेक लई इत्थे रुक रहे हां, मिलदे हां ब्रेक तो बाद। ब्रेक तो बाद साढ़े सारे दर्शकों का स्वागत है। मैं जल्द कॉल लेना चाहना और मैं चाहता कि तुम अपने सवाल छोटे रखियो तो अच्छी डी कार्लेकर जी तो वाइंड अप करा सकी। सत श्रीकाल जी, तुम ऑन एयर हो, कौन बोल रहे हो, कितों बोल रहे हो? सत श्रीकाल जी, मैं शमशेर सिंह रंधावा बोलता मलवाकी तो। जी जी रंधावा साहब, मेरा एक सवाल है वीर जी, भी एक चीज दस दिन भी राष्ट्रीय सिख संगत कदों तो बनी है तो मुखी कौन है? ठीक है जी, ठीक है जी, हमने पूछ लेने। सत श्रीकाल जी, तुम ऑन एयर हो, कौन बोल रहे हो, कितों बोल रहे हो? सत श्री अकाल जी, मेरा नाम जरनैल, नॉर्दर्न कैलिफोर्निया तो बोलते हैं। जी जी हाँ जी, मेरा सवाल है जी, ये आरएसएस के तुहाडे बुलारे ने जी, आई हैव वन क्वेश्चन, इज ही अ यूएस सिटीजन? ओके, आई विल आस्क हिम, थैंक यू। मेरे नाल होर भी कॉलर्स ने। सत श्री अकाल जी, तुसी ऑन एयर हो, कौन बोल रहे हो, कित्थों बोल रहे हो? सत श्री अकाल भाजी, मैं न्यूयॉर्क तो बोल रहा हूं। जी जी, ते मेरा धर्म सिंह मेरा नाम हैगा जी। धर्म सिंह जी, मैं बड़ी नेड़ता तो मैं आलवेज थोड़ी न्यूज़ का ऐसा मुद्दा सुनता रहना। जी जी जी, मैं हरजप सिंह जी नु एक बेनती करना चाहूंगा जी कि उन्हां दी एक एक गल सच हैगी है जी, बट कई जगह जिवें उन्हां दी हर गल ओ सारा कुछ कर भी रहे ने आरएसएस वाले, ते प्लस स्टेज दे उत्ते किन्ने प्यार नाल किन्ने नॉर्मल तरीके नाल बोल रहे ने, इन्हां दी की गल सच हैगी है? पर थोड़ी जी लैंग्वेज ठीक नहीं वरत रहे, हरजप सिंह को भी लैंग्वेज वधिया रखण, क्योंकि इन्हां दी की गल सच हैगी है? ठीक है जी, मेहरबानी तुहाडी। मेरे नाल होर भी कॉलर। सत श्री अकाल जी, तुसीं ऑन एयर हो, कौन बोल रहे हो, कित्थों बोल रहे हो? ਹਾਂਜੀ, ਦਰਸ਼ਨ ਬੋਲਦਾ ਜੀ, ਲੋਸ ਏਂਜਲਸ ਤੋਂ। ਗੱਲ ਇਹ ਹੈ ਜੀ ਹਰਜਿੰਦਰ ਜੀ, ਬਈ ਇਹ ਜਿਹੜੇ ਹੈ ਸਿਰਫ ਡਰਾਮਾ ਕਰਦੇ ਆ, ਕਿਉਂਕਿ ਜਿਹੜੇ ਜਿਹੜਾ ਹੈਗਾ ਨਾ ਇਹਨਾਂ ਨੇ ਜਿਹੜੀ ਆਜ਼ਾਦੀ ਦੇ ਵਿੱਚ ਜਿਹੜੀ ਆਜ਼ਾਦੀ ਦੀ ਆਪਣੀ ਜੰਗ ਲੜੀ ਆ, ਆਪਾਂ ਸਾਰੇ ਰਲ ਕੇ ਲੜੀ ਆ, ਤੇ ਉਹਦੇ ਵਿਰੁੱਧ ਖੜੇ ਸੀ ਸਾਰੇ ਜਾਣੇ। ਤੇ ਅੱਜ ਇਹ ਪਟੇਲ ਤੇ ਚਾਹੇ ਚਾਦਰ ਪਾਉਣੀ ਚ ਪਾਉਣ ਦਾ ਯਤਨ ਕਰ, ਚਾਹੇ ਅਸੀਂ ਮੂਰਤੀ ਬਣਾ। ਠੀਕ ਹੈ ਜੀ, ਠੀਕ ਹੈ ਠੀਕ ਹੈ ਦਰਸ਼ਨ ਸਿੰਘ ਜੀ, ਤੁਹਾਡੀ ਗੱਲ ਸਮਝ ਆਈ। ਹੋਰ ਵੀ ਕਾਲਰ ਤੇ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕੌਣ ਬੋਲ ਰਹੇ ਹੋ, ਕਿੱਥੇ ਬੋਲ ਰਹੇ ਹੋ? ਹਾਂਜੀ, ਮੈਂ ਖਾਲਸਾ ਜੀ ਫਤਿਹ ਜੀ। ਹਾਂਜੀ, ਖਾਲਸਾ ਬਾਈ ਫਤਿਹ ਜੀ। ਅਲਵਾਲੇ ਸਾਹਿਬ, ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕਿਹਾ, ਹਾਂ
ਨਾ ਹਿੰਦੂ ਨਾ ਹਮ ਹਿੰਦੂ ਨਾ ਮੁਸਲਮਾਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਿਹਾ ਛਤਰੀ ਕਾ ਪੋਤ ਨੂੰ ਬ੍ਰਾਹਮਣ ਕਾ ਨਾਹੀਂ, ਇੱਥੇ ਆਈਡੀਓਲੋਜੀ ਦੇ ਤੌਰ ਤੇ ਆਮਣੋ ਸਾਹਮਣੇ ਆ ਜੀ ਜੀ ਜੀ। ਬਾਕੀ ਰਹੀ ਰੋਲ ਦੀ ਗੱਲ, ਮੈਂ ਇੱਕੋ ਮਿੰਟ ਚ ਸਮਾਪਤ ਕਰ ਰਿਹਾ ਜੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਮਹਾਰਾਜ ਰਣਜੀਤ ਸਿੰਘ ਵਾਲੇ ਰੋਲ ਦੇਖ ਲੈਣਾ ਦਾ ਸਿੱਖਾਂ ਦਾ ਸਿਖਰਾਂ ਨੂੰ ਸੋਇਆ ਵਫਾਦਾਰੀ ਦੇ ਵਿੱਚ, ਇਹਨਾਂ ਨੇ ਪਿੱਠ ਚ ਸੂਲਾ ਮਾਰਨ ਵਾਲੀ ਵੀ ਕਸਰ ਬਾਕੀ ਨਹੀਂ ਛੱਡੀ। ਹੁਣ ਤੁਸੀਂ ਫਿਰ ਬਾਅਦ ਚ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਲੇ ਪਹਾੜੀ ਰਾਜਿਆਂ ਦਾ ਜਿਹੜਾ ਭੀਮ ਚੰਦ ਹੋਣੀ ਜਾਂ ਹੋਰ, ਉਹ ਸਾਰਾ ਆਪਣੇ ਸਾਹਮਣੇ ਆ। ਠੀਕ ਹੈ ਜੀ, ਮੈਂ ਹੁਣ ਚਾਹਾਂਗਾ ਕਿ ਟੀਵੀ ਸਕਰੀਨ ਦੇ ਉੱਤੇ ਡੀ ਕਾਰਲੇਕਰ ਜੀ ਨੂੰ ਲੈ ਕੇ ਆਇਆ ਜਾਵੇ। ਅਤੇ ਕਾਰਲੇਕਰ ਜੀ, ਪਹਿਲਾ ਸਵਾਲ ਸੀਗਾ ਰਾਸ਼ਟਰੀ ਸਿੱਖ ਸੰਗਤ ਕੀ ਕਰਦੀ ਹੈ, ਉਹਨਾਂ ਦਾ ਮੁਖੀ ਕੌਣ ਹੈ, ਔਰ ਤੁਸੀਂ ਯੂ ਐਸ ਸਿਟੀਜ਼ਨ ਹੋ ਕਿ ਨਹੀਂ, ਔਰ ਤੁਸੀਂ ਹੋਰ ਵੀ ਲੋਕਾਂ ਦੇ ਜਿਹੜੇ ਸਾਡੇ ਗੈਸਟ ਸੀਗੇ ਉਹਨਾਂ ਦੀ ਗੱਲਾਂ ਸੁਣੀਆਂ, ਕਿਵੇਂ ਵਾਈਂਡ ਅਪ ਕਰਨਾ ਚਾਹੋਗੇ ਸ਼ੋਅ ਨੂੰ, ਔਰ ਕੀ ਕੁਝ ਰੱਖਣਾ ਚਾਹੋਗੇ ਇਸ ਮੰਚ ਦੇ ਉੱਤੇ? ਰਾਸ਼ਟਰੀ ਸਿੱਖ ਸੰਗਤ ਇਜ਼ ਐਨ ਅਫੀਲੀਏਸ਼ਨ ਆਫ ਬੀਜੇਪੀ ਔਰ ਸੰਘ ਗੁਰੂਚਰਨ ਸਿੰਘ ਜੀ, ਉਨਕੇ ਗੁਰੂਚਰਨ ਸਿੰਘ ਗਿੱਲ ਮੇਰੇ ਹਿਸਾਬ ਸੇ ਪੂਰਾ ਨਾਮ ਹੈ ਉਨਕਾ, ਵੋ ਉਨਕੇ ਵਰਤਮਾਨ ਕਾਲ ਕੇ ਪ੍ਰੈਸੀਡੈਂਟ ਹੈ। ਮੈਂ ਭਾਰਤੀਯ ਮੂਲ ਕਾ ਅਮਰੀਕਨ ਸਿਟੀਜ਼ਨ ਹੂੰ। ਔਰ ਆਪਨੇ ਤੀਸਰਾ ਕੁਐਸਚਨ ਕਿਆ ਪੁੱਛਾ ਥਾ? ਆਪਕੀ ਜਿਹੜੀ ਸਿੱਖਾਂ ਦੇ ਨਾਲ ਤੁਸੀਂ ਨਹੀਂ ਚੱਲਦੇ ਹਮੇਸ਼ਾ, ਸਿੱਖਾਂ ਨੂੰ ਤੁਸੀਂ ਵੱਖਰਾ ਸਮਝਿਆ, ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਜਿਹੜੇ ਤਮਾਮ ਸਵਾਲ ਸੀਗੇ ਉਹਨੂੰ ਕਿਵੇਂ ਵਾਈਂਡ ਅਪ ਕਰਨਾ ਚਾਹੋਗੇ? ਦੇਖੇਗਾ, ਮੈਂ ਫਿਰ ਸੇ ਮੈਂ ਘੁੰਮ ਫਿਰ ਕੇ ਵਹੀ ਆ ਰਹਾ ਹੂੰ। ਅਨੇਕਤਾ ਮੇਂ ਏਕਤਾ, ਸਿੱਖ ਯੇ ਇਜ਼ ਅ ਸਟਰੋਂਗ ਪਿਲਰ ਆਫ ਭਾਰਤੀਯਤਾ, ਸਨਾਤਨ ਧਰਮ। ਸਿੱਖ ਇਜ਼ ਅਨ ਇੰਟੀਗਰਲ ਪਾਰਟ ਆਫ ਭਾਰਤ। ਸਿੱਖ 550 ਸਾਲ ਸੇ ਧਰਮ ਕੋ ਬਚਾਨੇ ਕੇ ਲੀਏ ਆਪਣੀ ਕੁਰਬਾਨੀ ਦੇਤੇ ਆ ਰਹਾ ਹੈ, ਔਰ ਆਜ ਵੀ ਅਗਰ ਆਪ ਦੇਖੇ ਇੰਡੀਅਨ ਡਿਫੈਂਸ ਫੋਰਸਿਸ ਮੇਂ ਸਿੱਖ ਬੜੀ ਭਾਰੀ ਸੰਖਿਆ ਮੇਂ ਵਹਾਂ ਪੇ ਹੈ। ਠੀਕ ਹੈ, ਮੇਰਾ ਤੋ ਨੈਰੇਟਿਵ ਯਹੀ ਹੋਗਾ ਕਿ ਅਗਰ ਕਿਸਕੋ ਅਗਰ ਕੁਛ ਮਿਸਕਨਸੈਪਸ਼ਨਸ ਔਰ ਮਿਸਬਿਲੀਫ ਹੈ, ਆਪ ਆਈਏਗਾ, ਬੈਠੀਏਗਾ ਹਮਾਰੇ ਯਹਾਂ ਪੇ। ਆਪਕਾ ਆਫਿਸ ਕਹਾਂ ਪਰ, ਕਹਾਂ ਪਰ ਚਲਤਾ ਹੈ ਯਹਾਂ ਪਰ ਅਮੇਰਿਕਾ ਮੇਂ? ਸੌਰੀ, ਅਮੇਰਿਕਾ ਮੇਂ ਵੀ ਆਪ ਆ ਸਕਤੇ ਹੈ, ਭਾਰਤ ਮੇਂ ਵੀ ਆਪ ਆ ਸਕਤੇ ਹੈ। ਠੀਕ ਹੈ, ਮੈਂ ਜ਼ਰੂਰ ਆਪਣੇ ਦਰਸ਼ਕਾਂ ਦੇ ਸਾਹਮਣੇ ਤੁਹਾਨੂੰ ਇੱਕ ਵਾਰੀ ਮੁੜ ਤੋਂ ਫਿਰ ਲੈ ਕੇ ਆਵਾਂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਦੇਵ ਕਾਰਲੇਕਰ ਜੀ, ਤੁਸੀਂ ਇਸ ਮੰਚ ਦੇ ਉੱਤੇ ਆਏ, ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਲੋੜ ਪਏਗੀ ਅਸੀਂ ਮੁੜ ਤੋਂ ਤੁਹਾਨੂੰ ਲੈ ਕੇ ਆਵਾਂਗੇ। ਜੇਕਰ ਮੈਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਤੋਂ ਮਾਫੀ ਮੰਗਣਾ ਚਾਹੁੰਦਾ ਹੱਥ ਜੋੜ ਕੇ, ਜਿਨ੍ਹਾਂ ਦੀ ਮੈਂ ਕਾਲਸ ਨਹੀਂ ਚੱਕ ਸਕਿਆ, ਲੇਕਿਨ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com। ਜਸ ਪੰਜਾਬੀ ਇਸੇ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਹਰ ਉਸ ਮੁੱਦੇ ਦੇ ਉੱਤੇ ਨਜ਼ਰ ਬਣਾਏ ਰੱਖੇਗਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਤੋਂ ਮੈਨੂੰ ਦਿਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।